अज तो रब का ना लेना शुरू करो। लै सुनो प्यार नाल हुण गल कि महाराजा रणजीत सिंह दे भाई कोई कुड़ी नहीं सी, सत मुंडे मुंडे सी। सत मुंडे किहड़े सी? उन्हां दे नां सुन लो। पहले मुंडे दा नां खड़क सिंह, दूजे का नाम शेर सिंह, तीजे का नाम चेत सिंह, कश्मीरा सिंह, मुल्ताना सिंह, पशौरा सिंह, ते सब तो छोटा मुंडा दलीप, महाराजा दलीप। हुण तुसीं आखोगे कंवर नौनिहाल सिंह किधर रह गया? वह पोता सी महाराजा रणजीत सिंह दा। लो वी सत मुंडे कुड़ी है नहीं, चार पंज राणियां, सारियां तो छोटी राणी जिंदा, जिंदा राणी ते उहदे पेटों जम्मिया दलीप। ते महाराज रणजीत सिंह 56 साल की उम्र च दुनिया तो तुर गया। क्यों? क्योंकि दरंग हो गया। एक दिन असी सुना रहे सी, एक मुंडा आ मैं अज पता लग्या भी महाराज रणजीत सिंह दरंग नाल मरिया सी। ओह मैं कहा सुने तो बिना पता नहीं लगता, किताबां तुसी पढ़दे नहीं, ते इहदे ते आ मोबाइल ते तुसी चंगी चीज़ तां उही नहीं सुणदे, तुसी तां ओह सुणदे हो। मित्रा तैनूं कैद बोल गई, केस पिया चिट्टे दा, ओह वाला चलदा है। ਤੇ ਉਹ ਜਦੋਂ ਜਿਹੜੀਆਂ ਗੱਲਾਂ ਸੁਣਨੀਆਂ ਫਿਰ ਸੁਰਤੀ ਬਿਰਤੀ ਵੀ ਉਹੋ ਜਿਹੀ ਹੋ ਜਾਂਦੀ ਹੈ। ਇਸ ਕਰਕੇ ਸੁਣੋ ਪਿਆਰ ਨਾਲ, 56 ਸਾਲ ਦਾ ਦਰੰਗ ਹੋ ਗਿਆ, ਬੋਲਿਆ ਨਹੀਂ ਜਾਂਦਾ, ਪਤਾ ਲੱਗ ਗਿਆ ਮਰਨ ਵਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਮੈਂ ਅੱਜ ਸਵੇਰ ਦਾ। ਆਹਦਾ ਮੇਰਾ ਮੰਜਾ ਚੱਕੋ, ਉੱਥੇ ਲੈ ਚੱਲੋ ਬਾਹਰ ਜਿੱਥੇ ਸਾਰੀ ਸੰਗਤ ਖੜੀ ਹੋਵੇ, ਵੱਡੇ ਵੱਡੇ ਅਫਸਰ, ਮੰਤਰੀ, ਵਜ਼ੀਰ, ਅਹੁਦੇਦਾਰ, ਸਾਰਾ ਮੰਤਰੀ ਮੰਡਲ ਬੈਠਾ ਹੋਵੇ। ਉਹਨਾਂ ਨੂੰ ਕਹਿੰਦਾ, ਓਏ ਲੈ ਵੀ ਮੈਂ ਹੁਣ ਬਾਹਲਾ ਚਿਰ ਨਹੀਂ ਬਚਦਾ ਮਹਾਰਾਜ ਰਣਜੀਤ ਸਿੰਘ ਦਾ, ਮੈਂ ਬੁਲਾਉਣੀ ਹੈ ਤੁਹਾਨੂੰ ਫਤਿਹ। ਅਤੇ ਮੇਰੀ ਇੱਕ ਗੱਲ ਯਾਦ ਰੱਖਿਓ, ਖੰਡ ਪਾਠ ਹੁੰਦੇ ਰਹਿਣ, ਡੇਰਿਆਂ ਨੂੰ ਰੰਗ ਹੁੰਦੇ ਰਹਿਣ, ਗੁਰਦੁਆਰਿਆਂ 'ਤੇ ਸੰਗਮਰਮਰ ਲੱਗਦਾ ਰਹੇ, ਕੋਤਰੀਆਂ ਚੱਲਦੀਆਂ ਰਹਿਣ, ਕਵੀਸ਼ਰ ਢਾਡੀ ਗਾਉਂਦੇ ਰਹਿਣ, ਸੰਗਤ ਪਿਆਰ ਨਾਲ ਬਹਿ ਕੇ ਸੁਣਦੀ ਰਹੇ, ਲੋਹ ਲੰਗਰ ਤੱਪਦੇ ਰਹਿਣ, ਅਤੇ ਸੰਗਤਾਂ ਛੱਕਦੀਆਂ ਰਹਿਣ। ਅਤੇ ਇੱਕ ਗੱਲ, ਆ ਜਿਹੜੇ ਕੇਸਰੀ ਨਿਸ਼ਾਨ ਅਤੇ ਆਹ ਬਾਬਿਆਂ ਦੇ ਨਿਸ਼ਾਨ ਹੈਗੇ ਨੇ ਭਗਵੇਂ, ਇਹਨਾਂ ਨੂੰ ਨੀਵਾਂ ਨਹੀਂ ਹੋਣ ਦੇਣਾ। ਲੈ ਸੁਣੋ ਪਿਆਰ ਨਾਲ, ਜਾਂਦਾ ਜਾਂਦਾ ਮਹਾਰਾਜ ਰਣਜੀਤ ਸਿੰਘ ਕੀ ਕਹਿ ਰਿਹਾ ਹੈ? ਕਹਿੰਦਾ, ਪਹਿਲਾ ਮੁੱਲ ਰਹੇ ਹਮੇਸ਼ਾ ਮੇਰੀ ਆਵਾਜ਼ ਦਾ, ਓਏ ਨੀਵਾਂ ਨਾ ਹੋ ਜੇ ਸਿੰਘੋ, ਝੰਡਾ ਸਿੱਖ ਰਾਜ ਦਾ ਹੈ। ਕਿਉਂ ਆਖਿਆ? ਹੋਲਾ ਦਰਬਾਰ ਆਖਰੀ ਸ਼ੇਰੇ ਪੰਜਾਬ ਨੇ, ਸਤਗੁਰ ਨੇ ਪੂਰੇ ਕੀਤੇ ਤੱਕੇ ਜੋ ਖਾਬ ਨੇ, ਲੱਖਾਂ ਧੰਨਵਾਦ ਕਰਾਂ ਮੈਂ ਸੱਚੇ ਮਹਾਰਾਜ ਦਾ, ਨੀਵਾਂ ਨਾ ਹੋ ਜੇ ਸਿੰਘੋ, ਝੰਡਾ ਸਿੱਖ ਰਾਜ ਦਾ, ਨੀਵਾਂ ਨਾ ਹੋ ਜੇ ਸਿੰਘੋ। ਹੋ ਰਾਜ ਦੇ ਮੁਖੀ ਚੋੜ ਮੇ ਸੱਦੇ ਸਰਦਾਰ ਜੀ,
ਵੀ ਆਪਾਂ ਭਾਣਾ ਮੰਨਣਾ ਜੋ ਉਪਜੋ ਸੋ ਬਿਨਸ ਹੈ ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ ਮਹਾਰਾਜਾ ਰਣਜੀਤ ਸਿੰਘ 56 ਸਾਲ ਦੀ ਉਮਰ ਦੇ ਤੁਰ ਗਿਆ ਲਾਹੌਰ ਦਾ ਤਖਤ ਖਾਲੀ ਹੋ ਗਿਆ ਮੁੜ ਕੇ ਮਾਰ ਧਾੜ ਸ਼ੁਰੂ ਹੋ ਗਈ ਮਾਰਿਆ ਕਿਹਨੇ ਕਿਸੇ ਵਿਦੇਸ਼ੀ ਨੇ ਹਮਲਾ ਨਹੀਂ ਕੀਤਾ ਡੂਢ ਰੁਪਈਏ ਤੇ ਦੋ ਡੋਗਰੇ ਭਰਤੀ ਕਰ ਲਏ ਸਕੇ ਭਰਾ ਧਿਆਨ ਸਿੰਘ ਤੇ ਗੁਲਾਬ ਸਿੰਘ ਜੰਮੂ ਕਸ਼ਮੀਰ ਦੇ ਡੋਗਰੇ ਉਹਨਾਂ ਨੇ ਬੇੜਾ ਬਹਾਤਾ ਜਿਹੜੇ ਪੜ੍ਹੇ ਲਿਖੇ ਬੱਚੇ ਬੈਠੇ ਹੋ ਨਾ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਦੋ ਕਿਤਾਬਾਂ ਪੜ੍ਹ ਲਿਓ ਆਹ ਸਾਡੀਆਂ ਸਾਰੀਆਂ ਗੱਲਾਂ ਸੁਰਜੀਤ ਹੋ ਜਾਣਗੀਆਂ ਵੀ ਜਿਹੜੀਆਂ ਤੁਹਾਡੇ ਵਾਲੇ ਸੁਣਾ ਕੇ ਗਏ ਨਾ ਉਹੀ ਆ ਕਿਤਾਬਾਂ ਆਖੀ ਜਾਂਦੀਆਂ ਸੁਣੋ ਪਿਆਰ ਨਾਲ ਗੁਜਰ ਗਿਆ ਉਹਦਾ ਪੁੱਤ ਬਹਿ ਗਿਆ ਤਖਤ ਤੇ ਖੜਕ ਸਿਓ ਮਹਾਰਾਜਾ ਭਾਈ ਖੜਕ ਸਿਓ ਨੂੰ 3 ਮਹੀਨੇ ਤੇ 11 ਦਿਨ ਰਾਜ ਕਰਨ ਦਿੱਤਾ ਥੱਲੇ ਖਿੱਚ ਲਿਆ ਫੜ ਕੇ ਡੋਗਰਿਆਂ ਨੇ ਉਹਦਾ ਪੁੱਤ ਬਹਾਤਾ ਗਾ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਕਮਰ ਨੌ ਨਿਹਾਲ ਸਿਓ ਤੇ ਰਾਜਾ ਕਰ ਲਿਆ ਕੈਦ ਖੜਕ ਸਿਓ ਅੰਦਰ ਆ ਕੇ ਮੇਰੇ ਪਿਓ ਨੂੰ ਮੇਰੇ ਨਾਲ ਮਿਲਾਤਾ ਜੀ ਉਹਨੇ ਮਿਲਾ ਕੀ ਦੇਗੇ ਤੇਰਾ ਪਿਓ ਬਾਗੀ ਹੋਇਆ ਖੜਾ ਅੰਗਰੇਜ਼ਾਂ ਕੋਲੇ ਜਾਊਗਾ ਅੰਦਰ ਤਸੀਹੇ ਦੇਈ ਜਾਣ ਡੋਗਰੇ ਜਦੋਂ ਤਸੀਹੇ ਦੇ ਕੇ 1 ਸਾਲ ਤੇ 28 ਦਿਨਾਂ ਚ ਮਾਰਤਾ ਉਦੋਂ ਬਾਅਦ ਤਖ਼ਤ ਤੇ ਬੈਠੇ ਮਹਾਰਾਜੇ ਦੇ ਪੋਤੇ ਨੂੰ ਕਬਰ ਨੌ ਨਿਹਾਲ ਸਿਓ ਨੂੰ ਕਹਿੰਦੇ ਆ ਜਾ ਆਪਦੇ ਪਿਓ ਦਾ ਨਾਲੇ ਤਾਂ ਮੂੰਹ ਦੇਖ ਲਾ ਤੇ ਨਾਲੇ ਸ਼ਿਸ਼ਕਾਰ ਕਰ ਦੇ ਕੋਈ ਕਾਹਦਾ ਮੂੰਹ ਦੇਖ ਲਿਆ ਮੂੰਹ ਸ਼ਿਸ਼ਕਾਰ ਕਰਤਾ ਜਦੋਂ ਮੁੜਨ ਲੱਗਿਆ 19 ਸਾਲਾਂ ਦਾ ਮੁੰਡਾ ਤੁਰਿਆ ਆਉਂਦਾ ਸ਼ਿਸ਼ਕਾਰ ਕਰਕੇ ਉੱਤੇ ਛੇਜਾ ਸਿੜਤਾ ਬਨੇਰਾ ਸਿੜਤਾ ਲੈਂਟਰ ਨਿੱਕੀਆਂ ਇੱਟਾਂ ਦਾ ਆਟੇ ਵਾਂਗੂ ਗੁੰਨਤਾ ਸੱਟਾਂ ਵੱਜ ਗਈਆਂ ਫੱਟੜ ਹੋ ਗਿਆ ਚੱਕ ਕੇ ਡੋਗਰੇ ਉਹਨੂੰ ਵੀ ਲੈ ਗਏ ਉਹਦੀ ਮਾਂ ਬਹਾਤੀ ਗੱਦੀ ਤੇ ਮਹਾਰਾਣੀ ਚੰਦ ਕੌਰ ਬੇਬੇ ਤੂੰ ਰਾਜ ਚਲਾ ਤੇਰੇ ਪੁੱਤ ਨੂੰ ਅਸੀਂ ਦਵਾਈ ਦਿੰਦੇ ਹਾਂ ਤੇ ਦਵਾਈ ਕਿਹੜੀ ਦੇਣੀ ਸੀ 7 ਰਾਤਾਂ ਤੇ 7 ਦਿਨ ਤਸੀਹੇ ਉਹਨੂੰ ਦੇ ਗਏ ਅੰਦਰ ਅਖੀਰ ਉਹ ਮਾਰਤਾ ਇੱਧਰ ਰਾਣੀ ਚੰਦ ਕੌਰ ਬੈਠੀ ਹੈ ਹੁਣ ਮਹਾਰਾਜ ਜੀ ਸਿੰਘ ਦੀ ਨੂੰਹ ਤਖ਼ਤ ਤੇ ਖੜਕ ਸਿੰਘ ਦੀ ਘਰ ਵਾਲੀ 3 ਮਹੀਨਿਆਂ ਤੋਂ ਉਹ ਮਾਰਤੀ ਉਹਦੀ ਥਾਂ ਤੇ ਉਹਦਾ ਦੂਜਾ ਮੁੰਡਾ ਬਹਾਤਾ ਸ਼ੇਰ ਸਿੰਘ ਮਹਾਰਾਣਾ ਜੀਤ ਸਿੰਘ ਦਾ ਥੋੜੇ ਜਿਹੇ ਚਿਰ ਤੋਂ ਉਹ ਮਾਰਤਾ ਮਾਰ ਧਾੜ ਇੰਨੀ ਸ਼ੁਰੂ ਹੋ ਗਈ ਜਿਹੜਾ ਬੰਦਾ ਗੱਦੀ ਤੇ ਬੈਠੇ 2 ਮਹੀਨਿਆਂ ਚ ਮਾਰ ਦੇਣ ਡੋਗਰੇ ਡਰਦਾ ਕੋਈ ਗੱਦੀ ਤੇ ਨਾ ਬੈਠੇ ਲੈ ਸੁਣਿਓ ਛੰਦ ਮਹਾਰਾਣੀ ਜਿੰਦਾ ਉਹਨੂੰ ਆਦੇ ਬੇਬੇ ਕਿਵੇਂ ਕਰਗੇ ਆਦੀ ਮੇਰਾ ਪੁੱਤ ਹੈ ਹਜੇ 6 ਸਾਲਾਂ ਦਾ ਹੋਇਆ ਨੀ 6 ਸਾਲ ਤੋਂ ਵੀ ਮਹੀਨਾ ਘੱਟ ਹੈ ਦਲੀਪ ਤੇ ਮੈਂ ਆ ਦਲੇਰ ਪਿਓ ਦੀ ਧੀ ਮੇਰੇ ਪੁੱਤ ਨੂੰ ਬਹਾਓ ਗੱਦੀ ਤੇ ਜਾਂ ਤਾਂ ਜਿੱਧਰ ਗਿਆ ਬਾਣੀਆਂ ਉਧਰੇ ਗਿਆ ਬਾਜ਼ਾਰ ਮੇਰਾ ਪੁੱਤ ਵੀ ਸ਼ਹੀਦ ਹੋ ਜੂਗਾ ਤੇ ਨਹੀਂ ਮੈਂ ਤੁਹਾਨੂੰ ਰਾਜ ਚਲਾ ਕੇ ਦਿਖਾਉਂਗੀ 5 ਸਾਲ ਤੇ 11 ਮਹੀਨਿਆਂ ਦੇ ਲਾਸਟ ਪੁੱਤ ਸ਼ੇਰੇ ਪ੍ਰਿਆਪਦਿਆਂ ਨੂੰ ਮਹਾਰਾਣੀ ਜਿੰਦਾ ਨੇ ਆਪਦੇ ਬੇਟੇ ਨੂੰ ਤਖ਼ਤ ਤੇ ਬਹਾਇਆ ਲਾਹੌਰ ਤੇ ਰਾਜ 3 ਸਾਲ ਚ ਇਹੋ ਜਿਹਾ ਚਲਾਇਆ ਸੰਗਤੇ ਅੰਗਰੇਜ਼ਾਂ ਨੇ ਮੂੰਹ ਚੁੰਗਲਾਂ ਪਾ ਲਈਆਂ ਉਹ ਇਹਨਾਂ ਦੀਆਂ ਬੁੜੀਆਂ ਵੀ ਇੰਨੀਆਂ ਸਿਆਣੀਆਂ ਇਹਨੇ ਤਾਂ ਬੰਦਿਆਂ ਤੋਂ ਵੱਧ ਰਾਜ ਚਲਾਤਾ ਨਾਲੇ ਕੱਲ ਰੰਡੀ ਹੋਈ ਹੈ ਵਿਚਾਰੀ ਕੱਲ ਮਹਾਰਾਜ ਰਣਜੀਤ ਸਿੰਘ ਦੁਨੀਆਂ ਤੋਂ ਤੁਰਿਆ ਪਰ ਫਿਰ ਅੰਗਰੇਜ਼ਾਂ ਨੇ ਇਹ ਦੇਖ ਲਿਆ ਵੀ ਜੇ ਐ ਤਾਕਤ ਵੱਧ ਗਈ ਨਾ ਇਹ ਲੋਟ ਨਹੀਂ ਹੈ ਮਹਾਰਾਜ ਰਣਜੀਤ ਸਿੰਘ ਨੇ ਤਾਂ ਥੋੜਾ ਇਲਾਕਾ ਕਾਇਮ ਕਰਿਆ ਸੀ ਇਹ ਤਾਂ ਸਾਰਾ ਕੁਛ ਹੀ ਖੋਲੂਗੀ ਆਪਾਂ ਤੋਂ ਤੇ ਆ ਦਲੀਪ ਇਹ ਉਦੋਂ ਵੀ ਤੇਜ਼ ਹੈ ਮਹਾਰਾਜ ਰਣਜੀਤ ਸਿੰਘ ਤੋਂ ਫਿਰ ਉਹਨਾਂ ਨੂੰ ਦੋਨਾਂ ਨੂੰ ਅੱਡੋ ਪਾਰਟੀ ਕਰਤਾ ਲੈ ਅੱਡੋ ਪਾਰਟੀ ਕਿਵੇਂ ਕਰਤਾ ਮਹਾਰਾਣੀ ਜਿੰਦਾ ਨੂੰ ਤਾਂ ਸ਼ੇਖੂਪੁਰੇ ਦੇ ਕਿਲੇ ਚ ਕਰਤਾ ਕੈਦ ਤੇ ਦਲੀਪ ਨੂੰ ਤਾਰ ਕੇ ਖਾਲਸਾ ਪੰਥ ਦੇ ਤਖ਼ਤ ਤੋਂ ਉਹਨਾਂ ਨੇ ਕਰ ਲਿਆ ਕੈਦ ਉੱਥੇ ਆਪਦੇ ਬੰਦੇ ਬਹਾਤੇ ਅੰਗਰੇਜ਼ਾਂ ਨੇ ਲੈ ਸੁਣਿਓ ਵੀ ਰਾਣੀ ਜਿੰਦਾ ਤੇ ਉਹਦੀ ਇੱਕ ਨੌਕਰਾਣੀ ਹੈ ਬੀਬੀ ਉਹਦਾ ਨਾਂ ਹੈ ਛਾਮੋ ਉਹ ਦੋਨੇ ਕੈਦ ਨੇ ਕਿਲੇ ਦੀਆਂ ਉੱਚੀਆਂ ਕੰਧਾਂ ਹੋਰ ਤਾਂ ਕੁਛ ਦੀਂਦਾ ਨਹੀਂ ਰਾਤ ਨੂੰ ਪੰਛੀ ਉੱਡਦੇ ਨੇ ਪੰਛੀ ਆਹਾ ਜਦੋਂ ਉੱਤੋਂ ਦੀ ਜਾਂਦੇ ਨਾ ਛਾਮੋ ਕਹਿੰਦੀ ਮਹਾਰਾਣੀ ਆ ਜਾਨਵਰ ਕਿੱਧਰ ਨੂੰ ਜਾਂਦੇ ਨਾ ਉਹ ਆਦੀ ਆਥਣ ਹੋ ਗਿਆ ਆਪਦੇ ਆਲਣੇ ਚ ਜਾਂਦੇ ਨਾ ਹਰੇਕ ਹੀ ਆਪਦੇ ਆਲਣੇ ਚ ਆਉਂਦਾ ਆਦੀ ਆਪਾਂ ਆਪਦੇ ਆਲਣੇ ਚ ਕਿੱਦੇ ਜਾਵਾਂਗੇ ਆਏ ਹਾਏ ਹਾਏ ਆ ਸੁਣ ਕੇ ਨਾ ਰਾਣੀ ਜਿੰਦਾ ਦੀਆਂ ਧਾਹਾਂ ਨਿਕਲ ਗਈਆਂ ਉਹ ਪਤਾ ਕੀ ਕਹਿਣ ਲੱਗੀ ਨਾਲੇ ਤਾਂ ਰੋਈ ਜਾਂਦੀ ਹੈ ਤੇ ਨਾਲੇ ਜਦੋਂ ਸ਼ਾਮੋ ਨੇ ਪੁੱਛਿਆ ਆਲਣੇ ਚ ਕੀ ਲੈਣ ਜਾਂਦੇ ਨਾ ਆਦੀ ਆਪਦੇ ਬੱਚਿਆਂ ਕੋਲੇ ਜਾਂਦੇ ਨਾ ਤੇ ਛਾਮੋ ਕਹਿੰਦੀ ਆਪਾਂ ਆਪਦੇ ਬੱਚਿਆਂ ਕੋਲੇ ਜਾਵਾਂਗੇ ਤੂੰ ਚੁੱਪ ਕਿਉਂ ਕਰ ਗਈ ਬੋਲਦੀ ਮਹਾਰਾਣੀ ਜਿੰਦਾ ਨੂੰ ਕਹਿੰਦੀ ਜਿੰਦਾ ਕਹਿੰਦੀ ਅੱਜ ਤਾਂ ਤੂੰ ਬੱਚਿਆਂ ਦੀ ਗੱਲ ਛੇੜਤੀ ਮੇਰਾ ਕਾਲਜਾ ਵੱਢਿਆ ਗਿਆ ਮੇਰਾ ਬੱਚਾ ਇਕੱਲਾ ਹੈ ਮੈਨੂੰ ਪਤਾ ਨਹੀਂ ਰੱਬ ਕਿੱਦੇ ਲਿਜਾਊਗਾ ਉਹਦੇ ਕੋਲੇ ਲੈ ਸੁਣੋ ਪਿਆਰ ਨਾਲ ਰਾਣੀ ਕੀ ਕਹਿ ਰਹੀ ਹੈ ਫੁੱਲਾਂ ਤੋਂ ਰੰਗ ਨਾ ਖੋਹੀ ਤੀਆਂ ਤੋਂ ਸੰਗ ਨਾ ਖੋਹੀ ਖੋਹੀ ਨਾ ਸੱਚ ਵਿਆਈਆਂ ਕੁੜੀਆਂ ਦੇ ਚਾਵਾਂ ਨੂੰ ਖੋਹੀ ਨਾ ਦੇਣ ਵਾਲਿਆ ਦੇ ਕੇ ਪੁੱਤ ਮਾਵਾਂ ਨੂੰ ਖੋਹੀ ਨਾ ਦੇਣ ਵਾਲਿਆ ਸ਼ਾਮੋ ਨੌਕਰਾਣੀ ਨੇ ਮੋਢਾ ਫੜਿਆ ਰਾਣੀ ਦਾ ਕਹਿੰਦੀ ਰਾਣੀ ਤੇਰਾ ਪੁੱਤ ਰੱਬ ਨੇ ਨਹੀਂ ਖੋਹਿਆ ਉਹ ਜਿਉਂਦਾ ਹੈ ਅੰਗਰੇਜ਼ਾਂ ਨੇ ਖੋਹਿਆ
हौसला रख, रब का नाम लै किसी दिन मिलूगा। लै सुनो प्यार नाल, ते राणी बड़ा खुश हो के कहती है, कहती सीने पुत लाऊंगी आऊ कदों सुनहरी बेला, करमा दी मारी नूं होया ना पुत्र दा मेला। चनार दे किले विच पुत्र दे प्यार वास्ते तड़फदी महाराणी जिन्ना जो कुछ कह रही है। मेरे दोनों साथी जगसीर सिंह ते बलकारम साहब जी नूं हे क्यों सुना रहे हन। हो पापी अगर जाने देगी अरशो फरसो कमाणी, रात तक दी पुत्र दा मैं रणजीत सिंह दी राणी। दुखां विच रात गई करे उड़ी कायम रत वेला, करमा दी बीमारी नू होया ना पुत्र दा मेला। मैं पल ना रह सकदी देखे बिन पुत्र दा चेहरा, अज शेर पंजाब बिना सुन्ना हो गया चार चफेरा। विच कैद परंगी दी बैठा हो दली पई अकेला, करमा दी बीमारी नू होया ना पुत्र दा मेला। सुखा विच वसदी नू, सुखा विच वसदी नू प्यारिया होण हार ने केरा। सब दुश्मन पास रहे जिस खाना नहीं खांदा, मैं जिन्ना चिर चूरी कुट के मुंह च बुरकियां ना पावां मेरा दलीप रोटी नहीं खांदा सी। हैं कोई उहनूं रोटी कौन खवाउंदा होऊगा, मैं तां इत्थे कैद हां। दूजी गल इह है कि मैं उहनूं नमा के तभा के जूड़ा करके ते उहदे पग इह जी बंधदी जिवें ब्याह वाले मुंडे दे कलगी ला के ते इत्थे मोतियां वाली उह माला जी ला दिंदे ना मुंडे बसकुआ नाल, ऐ ला के कहिंदी मैं उहनूं पंथ दे तख्त ते बिठाउंदी, हुण उहनूं नवाउंदा कौन होऊ ते उहदी पग कौन बंधदा। इक आ गल मेरा कालजा वढी जांदी। तीजी गल, 9 साल दा पुत्त है हजे दाढ़ी आई नहीं, बचपने उह मेरे नाल पैंदा, मेरे नाल पए बिना उहनूं नींद नहीं आउंदी। मैं थापड़दी हां ते दो वारी बस थापड़े तो उहनां ते उह घराड़े मार लग जांदा, नहीं उह कित्थे पैंदा होऊगा। राणी कहिंदी चुप कर जा,
महाराणी ओदिया लिखिया जिमें कालपुरख भेजदा है उमें जिमें बस अपन दिन कट आ गल कर रही सरोते बारों आवाज आई दगड़ 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 की आवाज आई ते 15 अंग्रेज सिपाही अंदर दाखिल हो गए। महाराणी चलो आपको चलने का हुक्म आया है। कहनी किथे? कहंदे जे तो मालूम नहीं है। बाहर गड्डी खड़ी है बख्तर बंद राणी जिंदा ते उहदी नौकराणी शामों विच बिठा लिया। राणी नूं पता नहीं लग रहा आथण दा टाइम है वी किधर नूं लई जा रहे ने, पर जो सतलुज के किनारे किनारे तोर ली इन्ना तो पता लग गया मैनू शेखूपुरे चो दा कढ लिया ते लई किधर नूं जांदे ने ये नहीं पता लग्या। अद्धी रात तक नींद नाल टूले लैंदी राणी नूं ते शामों नौकराणी नूं यूपी दे विच लै गए। यूपी दे विच सजणों उत्थे शहर का ना है बनारस, बनारस दे विच जिहड़ा किला है उहदा ना है चनार दा किला, चनार दे किले च बंद करतियां। उत्थे जाके राणी ने पुछया शामों नूं कोड़े शामों पता है तैनूं याद है किहड़ा पिंड आ, कहिंदी ना। एक सिपाही नूं पुछया वीरा तूं दस दे, उह आहदा जी आप यूपी में हो जे बनारस में चनार का किला है दसता। हुण बहि गईआं रब दा शुकर कर लिया। कहिंदे थोड़े दिन लंघे ते एक दिन अच्छा उन्हां ने ऐ वी दसता भी इस किले दे मूंह दी गंगा नदी जांदी है ते गंगा नदी तो बाद तेरी नौकराणी तेरे वास्ते एक गागर पानी दी लिया सकदी है, नाले तां तू पीना होगा जिंदा राणी नाले नहाउणा होगा उसे नाल। ओह आदी ठीक है। हुण तड़के 3 बजे जां 3:30 बजे अगे घड़ियाला नाल टाइम बजदा उहदे ते 3 घंटियां मारदा है उह संतरी टौं 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 ते उहदी गोली जांदी है ढाक ते गागर रख के पानी दी भर के लियाउंदी है राणी जिंदा नाले पींदी है नाले इशनान करदी है। कुछ चिर रहन तो बाद राणी जिंदा दी शामों अज जदों मैं जपजी साहब दा पाठ कर रही सी ते पाठ करदी करदी नूं शब्द आया ना बंद खलासी भाणा होए आहा ते मेरे मालक ने मैनूं ऐ कहा मेरी बंद खलासी होण वाली है। हुण बाहरां नूं बंद खलासी दा नहीं पता भी कहे जी हुंदी है। बंद खलासी दा मतलब हुंदा जेल चों छुट जाणा, छुट जाणा इह रब दे भाणे च हुंदी है। जहां बेदर्द हो हाकम वहां फरियाद क्या करना, जब मुकद्दर में लिखी हो कैद तो बतन को याद क्या करना। लो सुनो आदि मैनू ऐ लगता मैनू अज रब कढूगा इथों थोड़े चिर दिनां च कढूगा। वह कहिंदी किवें निकलांगे, कहिंदी एक कम करना पऊगा जिहड़ी काल कोठड़ी च आपां नूं बंद कीता होया उहदे च तूं मैनू महाराणी दा करके सत्कार देनी है। मेरा तां तूं उच्चा गदेला लाया होया आपे नहीं नीवे थां ते, अज दी रात मैं नीवे थां ते पऊंगी तूं उच्चे थां ते पवीं। सुणियो उदों बाद मेरे आह गहने कट्टे तूं पा ला, मेरे लीड़े भी तूं पा ला ते आ चूड़ियां नाल सोने दीआं नाल भरी होई बांह ऐ लमका के रखी ता कि देखण वाले किसी सिपाही नूं ऐ ना पता लगे भी राणी जिंदा पई है कि शामों पई है। ते तीजी गल अज पानी लैण तूं नहीं जाणा मैं जाऊंगी, मैनूं तेरा गागर दे दे। आदे बदला सदली करके जदों 3 बजे ते राणी ने गागर चक्की ढाक ते संतरी बाज मारदा घुंड कढ़िया होया है कहिंदा कौन हो, कहिंदी मैं हूं गोली शामों। कहिंदा कहां जा रही हो, कहिंदी मैं राणी के लिए गंगा से जल लेने जा रही हूं। कहिंदा जाओ जल ली आना। राणी चली गई ते किले दे विचों आजाद हुंदी है। लै सुनो प्यार नाल परमात्मा राणी जिंदा नूं चनार दे किले दे विचों कढ़दा है, वह बिड़ी ब्योतबंदी बनाउंदी है ते आपदी शामों नाल रैयां करदी है। शामों निकलदा मैं जाऊंगी, अज जपजी साहब ने मैनूं राह देता बंद खलासी भाणा होए, पर मैनूं दुख आ रहा है भी तेरे ते बड़ियां तकलीफां होणियां दी, मेरियां तकलीफां दी परवाह ना कर, मेरा बशक बंद बंद कट्टिया जावे, तू किले चो निकल जा। हे इहो कहिंदी है हो पेस बादल के किले चनार विचो नस जान दा लब्बे आ टंग राणी बोली शामो ने राणी दे पाए गए सूरत देख के रह गई दंग राणी शीशे सामने राणी ने शकल बेली कारख नाल बदला लिया रंग राणी कहिंदी भैण मेरी मेरे बाग पब्बे सी फड़ा कदर नहीं सी टंग राणी
ਸਾਡੇ ਮਿੱਤਰਾਂ ਦੀ ਦੁਨੀਆਂ ਚੋਂ ਬਾਈ ਜਨਕ ਸਿੰਘ ਜੀ ਢਿੱਲੋਂ ਸਾਹਿਬ ਸਾਡੇ ਉਹ ਬਹੁਤ ਸਾਰਾ ਮਨ ਭੇਜ ਗਏ ਤੇ ਬਾਈ ਜਗਿੰਦਰ ਸਿੰਘ ਜੀ ਮਿਸਰੀ ਜੀ ਉਹਨਾਂ ਨੇ ਬਹੁਤ ਸਾਰਾ ਮਨ ਭੇਜਿਆ ਸ਼ਾਬਾਸ਼ ਬੱਚੇ ਛੋਟੀਆਂ ਛੋਟੀਆਂ ਬੱਚੀਆਂ ਬੱਚੇ ਮਨ ਭੇਜ ਰਹੇ ਨੇ ਤੇ 100 ਰੁਪਇਆ ਸਪੈਸ਼ਲ ਮਾਣ ਛੋਟੇ ਪਿੰਡ ਦੀ ਮਹਾਨ ਹਸਤੀ ਸਾਡੇ ਸਾਰਿਆਂ ਵਾਸਤੇ ਮਹਾਨ ਹਸਤੀ ਨੇ ਜੰਗ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੇ ਬਹੁਤ ਸਾਰਾ ਮਨ ਭੇਜਿਆ ਤੇ ਮੇਰਾ ਬਾਈ ਜਮੇਰ ਜਮੇਰ ਦਾ ਹੱਕ ਬਣਦਾ ਕਿਉਂਕਿ ਜਮੇਰ ਦੇ ਨਾਨਕਿਆਂ ਤੋਂ ਆਏ ਹਾਂ ਅਸੀਂ ਤੇ ਇਸ ਕਰਕੇ ਚਲੋ ਉਹ ਜਮੇਰ ਦਾ ਵੀ ਹੱਕ ਬਣਦਾ ਹੈ ਤੇ ਫੁੱਫੜ ਆਪਦੀ ਵਿੜੀ ਲਾ ਗਿਆ ਖੈਰ ਫੁੱਫੜ ਨੂੰ ਸਾਂਭਾ ਲੈਣ ਜੋਗਰੇ ਨਹੀਂ ਹਾਂ ਵੀ ਫੁੱਫੜ ਠੀਕ ਹੈ ਉਹ ਜਿੱਥੇ ਕਿਤੇ ਫੁੱਫੜਾ ਸਾਡੀ ਭੂਆ ਹੁੰਦੀ ਹੈ ਨਾ ਹੈ ਉੱਥੇ ਸਾਨੂੰ ਚਾਅ ਚੜ ਜਾਂਦਾ ਹੈ ਕਿਉਂ ਭੂਆ ਤਾਂ ਆਪ ਹੀ ਸਤਿਕਾਰ ਕਰਦੀ ਹੈ ਸਾਨੂੰ ਭਤੀਜਿਆਂ ਦਾ ਹਨਾ ਖੈਰ ਜੇ ਭਤੀਜੀਆਂ ਮਿਲ ਜਾਣ ਤੁਹਾਨੂੰ ਘਾਟਾ ਵੀ ਪੈ ਜਾਂਦਾ ਥੋੜ੍ਹਾ ਜਿਹਾ ਭਤੀਜੀਆਂ ਨੂੰ ਆਪ ਦੇਣੇ ਪੈਂਦੇ ਨਾ ਤੁਹਾਨੂੰ ਪਤਾ ਤਾਂ ਹੈਗਾ ਉਹ ਚਾਚਾ ਚਾਚਾ ਕਰਕੇ ਚਲੋ ਤੇ ਭੂਆ ਤਾਂ ਸਾਨੂੰ ਆਪ ਸਤਿਕਾਰ ਕਰਦੀ ਹੈ ਆਸ਼ੀਰਵਾਦ ਭੇਜਦੀ ਹੈ ਬਸ ਫੁੱਫੜ ਨੂੰ ਅਸੀਂ ਟਿੱਚਰਾਂ ਕਰ ਕਰ ਲੈ ਲੈਂਦੇ ਹਾਂ ਗੱਲ ਇੰਨਾ ਕੀ ਹੈ ਠੀਕ ਹੈ ਉਹ ਐ ਦੇਖੋ ਹੈ ਇਹ ਤਾਂ ਇਹੋ ਜਿਹਾ ਫੁੱਫੜ ਨਹੀਂ ਦਿਆਉਂਦਾ ਮੈਂ ਤੁਹਾਨੂੰ ਦੱਸਾਂ ਗੱਲ ਸਾਰੀ ਦੁਨੀਆਂ 'ਤੇ ਨਹੀਂ ਇਹੋ ਜਿਹਾ ਫੁੱਫੜ ਤਾਂ ਆਇਆ ਇਹ ਤਾਂ ਪਹਿਲਾਂ ਹੀ ਆ ਜਾਓ ਹੁਣ 2 ਵਾਰੀ ਰੁਪਈਏ ਦੇ ਗਿਆ 2 ਵਾਰੀ ਹੋਰ ਦੇ ਕੇ ਜਾਓ ਇਹ ਨਹੀਂ ਪਤਾ 3 ਵਾਰੀ ਫੜਾ ਜਾਏ ਠੀਕ ਹੈ ਇਹ ਕੋਈ ਪਤਾ ਨਹੀਂ ਆਇਆ ਚਲੋ ਉਹ ਤੁਹਾਡੇ ਵਰਗਾ ਨਾ ਵਿਆਹ ਆ ਗਿਆ ਆਪਣੇ ਘਰ ਵਾਲੀ ਨੂੰ ਆਹਦਾ ਕਿਵੇਂ ਨਾ ਵਿਆਹ ਚੱਲੇਗੀ ਕਿਹੜੀ ਚੱਲੂਗੀ ਕਹਿੰਦਾ ਕਿਵੇਂ ਤੁਰੇਗੀ ਕਿਹੜੀ ਜਰੱਕ ਜਰੱਕ ਕਹਿੰਦਾ ਲੱਡੂ ਖਾਵੇਂਗੀ ਕਿਹੜੀ ਖਾਊਂਗੀ ਕਹਿੰਦਾ ਕਿਵੇਂ ਖਾਵੇਂਗੀ ਕਿਹੜੀ ਗੜੱਪ ਗੜੱਪ ਕਹਿੰਦਾ ਮੁੰਡੇ ਦੇ ਕੁੜੀ ਨੂੰ ਸਲਾਮੀ ਕਿੰਨੀ ਕਿੰਨੀ ਦੇਵੇਗੀ ਕਹਿੰਦੀ ਕੱਚੀਆਂ ਵੇਲੀਆਂ ਗੱਲਾਂ ਆਈਆਂ ਨਾ ਕਰਿਆ ਚੱਲ ਕੋਈ ਗੱਲ ਨਹੀਂ ਤੁਹਾਡੇ ਵਿੱਚ ਬੰਦਿਆਂ ਦੇ ਉਹੀ ਗੱਲ ਹੈ ਸਾਰਿਆਂ ਦੇ ਤਾਂ ਨਹੀਂ ਖੈਰ ਤੁਸੀਂ ਤਾਂ ਸਾਰੇ ਖਿੜੇ ਚਿਹਰੇ ਵਾਲੇ ਹੋ ਜਦੋਂ ਦੁਨੀਆਂ 'ਚ ਜਾਂਦੇ ਆ ਨਾ ਲੋਕਾਂ ਦੇ ਮੂੰਹ ਆਏ ਹੋਏ ਪੈਂਦੇ ਜਿਵੇਂ ਕੁੱਪ ਤੇ ਤੋਰੀ ਲਮਕਦੀ ਹੁੰਦੀ ਹੈ ਨਾਲੇ ਬਥੇਰਾ ਕੁਛ ਹੈ ਉਹ ਹੈ ਕਿ ਤੁਸੀਂ ਹੱਸਦੇ ਨਹੀਂ ਹੱਸਿਆ ਕਰੋ ਹੱਸਣ ਨਾਲ ਨਾ ਐਂ ਢਿੱਡ ਹੱਲੂਗਾ ਠੀਕ ਹੈ ਨਾ ਜਦੋਂ ਢਿੱਡ ਹੱਲੂਗਾ ਜਲੇਬੀਆਂ ਹਾਜ਼ਮੇ ਹੋਣਗੀਆਂ ਟੈਂਸ਼ਨ ਲਹੂਗੀ ਹੁਣ ਤਾਂ ਪਤਾ ਨਹੀਂ ਬੁੜੀਆਂ ਵੀ ਅੰਗਰੇਜ਼ੀ ਦੇ ਸ਼ਬਦ ਸਿੱਖਣਗੀਆਂ ਵੱਡੀਆਂ ਮਾਈਆਂ ਆਹੀਆਂ ਟੈਂਸ਼ਨ ਹੈ ਟੈਂਸ਼ਨ ਟੈਂਸ਼ਨ ਲੈ ਦੱਸ ਕਾਹਦੀ ਟੈਂਸ਼ਨ ਹੈ ਵੀ ਜੇ ਪੁੱਛ ਲਓ ਕਾਹਦੀ ਟੈਂਸ਼ਨ ਐਂ ਪਤਾ ਨਹੀਂ ਹੈ ਕਿ ਕਾਹਦੀ ਹੈ ਹੀ ਨਹੀਂ ਊਈ ਗੱਲ ਉਹ ਆਦੇ ਕਿ ਬਾਣੀਆਂ ਤੇ ਜੱਟ ਘੁਲ ਪਏ ਬਾਣੀਆਂ ਉੱਤੇ ਆ ਗਿਆ ਉਹ ਉੱਤੇ ਪਿਆ ਡਰੀ ਜਾਵੇ ਵੀ ਜੇ ਮੈਂ ਥੱਲੇ ਆ ਗਿਆ ਫਿਰ ਕੀ ਹੋਊਗਾ ਲੈ ਦੱਸ ਕੀਰਾਂ ਦਾ ਤੂੰ ਉੱਤੇ ਹੈ ਐਂ ਹੱਸਿਆ ਕਰੋ ਚੰਗਾ ਹੱਸਦਿਆਂ ਦੇ ਘਰ ਵਸਦੇ ਸੱਜਣ ਜੀ ਹੱਸਦਿਆਂ ਦੇ ਘਰ ਵਸਦੇ ਸੱਜਣ ਜੀ ਹੱਸਦਿਆਂ ਦੇ ਖੁਸ਼ੀਆਂ ਤੇ ਮੁਸਕਾਨਾਂ ਦੇ ਨੇ ਗਾਗ ਕਰੋੜਾਂ ਲੱਖਾਂ ਖੁਸ਼ੀਆਂ ਮਹਾਰਾਜ ਕਰੇ ਕਿਰਪਾ ਸਾਡੀਆਂ 2 ਤਾਈਆਂ ਨੇ ਸਾਡੇ ਪਿੰਡ ਇੱਕ ਤਾਂ ਹੈਗੀ ਤੁਹਾਡੇ ਵਰਗੀ ਹਸਮੁੱਖ ਕਿਸੇ ਦੇ ਬਿਮਾਰ ਬੁੜੇ ਦਾ ਪਤਾ ਲੈਣ ਜਾਊ ਤਕੜਾ ਕਰਾਊਗੀ ਐਂ ਜਾਊ ਵਧੀਆ ਛਾਲ ਛੂਲ ਲੈ ਕੇ ਸਾਰਿਆਂ ਨੂੰ ਬੁਲਾਉਂਦੀ ਹਾਂ ਪੁੱਤ ਸੁਖਰਾਜ ਸਤਿ ਸ੍ਰੀ ਅਕਾਲ ਹੋਰ ਤਕੜੇ ਹੋ ਗਾਉਣ ਜਾਂਦੇ ਹੁੰਦੇ ਹੋ ਚੰਗਾ ਜਾਇਆ ਕਰੋ ਕੱਲ੍ਹ ਕਿੱਥੇ ਗਏ ਸੀ ਕੌਰਿਆਂ ਨੇ ਗਏ ਸੀ ਹਾਂ ਕੌਰਿਆਂ ਨੇ ਸੱਚ ਉਹ ਫਲਾਨੇ ਆਪਣੇ ਭੂਆ ਵਰਗੀ ਦਾ ਨਾਂ ਲੈ ਦੂਗੇ ਫਲਾਨੇ ਹਾਂ ਉਹ ਬੁੱਢੀਆਂ ਉੱਥੇ ਬਹਿਆਂ ਨੇ ਚਲੋ ਅਗਲੇ ਦੇ ਘਰੇ ਵਗ ਜੂ ਜਿਹੜੀ ਹੁਣ ਬੁੜੀ ਬਿਮਾਰ ਹੈ ਉਹਦੇ ਘਰੇ ਵਗ ਜੂ ਨੀ ਗੇਜੋ ਕੀ ਹਾਲ ਹੈ ਤੇ ਗੇਜੋ ਵਿਚਾਰੀ ਪਹਿਲਾਂ ਹੀ ਫਿਸ ਜੂ ਮੈਂ ਤਾਂ ਭੈਣੇ ਠੀਕ ਨਹੀਂ ਕੀ ਗੱਲ ਮੈਂ ਤਾਂ ਬੀਕਾ ਨੇ ਰਾਜ ਬੋਲੂ ਬੀਕਾ ਨੇ ਵੱਖ ਵੱਖ ਚੁੱਪ ਕਰ ਜਾ ਤੂੰ ਉਹ ਆ ਚੱਲੀਏ ਬਲਿੰਦ ਤੇ ਚੱਲ ਮੇਰੇ ਨਾਲ ਬਾਬਿਆਂ ਦੇ ਚੱਲ ਬਾਬੇ ਬੂਟਾ ਰਾਮ ਦੇ ਗੁਰਦੁਆਰੇ ਚੱਲ ਆਪਾਂ ਅਰਦਾਸ ਕਰਾ ਕੇ ਆਈਏ ਹੈ ਇਹ ਗੱਲ ਸੁਣ ਲਾਇਕ ਮੈਂ ਦੇਖ ਪਿਛਲੇ ਹਫ਼ਤੇ ਵੀ ਤੇਰੇ ਕੋਲ ਆਈ ਸੀ ਨੀ ਪਿਛਲੇ ਹਫ਼ਤੇ ਨਾਲ ਤੇਰਾ ਮੂੰਹ ਸੋਹਣਾ ਹੋਇਆ ਪਿਆ ਤੇ ਬੁੜੀ ਐਡੀ ਉੱਚੀ ਬੁੜਕੂ ਵੀ ਆਹ ਜਿਹੜਾ ਮੇਰਾ ਮੁੰਡਾ ਪਰਸੋਂ ਮੋਗੇ ਤੋਂ ਦਵਾਈ ਲਿਆ ਮੈਨੂੰ ਤਾਂ ਉਹ ਕੰਮ ਕਰ ਗਈ ਮੈਂ ਤਾਂ ਲੋਟ ਹੋਊਂਗੀ ਇਹ ਸੱਚਮੁੱਚ ਕਈ ਮੌਤ ਦੇ ਮੂੰਹ 'ਚ ਜਾਂਦੀਆਂ ਬੁੜੀਆਂ ਉਹਨੇ ਬਚਾ ਲਈਆਂ
ਜਿਹੜੀਆਂ ਆਏ ਸੀ ਨਾ ਵੀ 8-7 ਦਿਨਾਂ ਚ ਮਰ ਜਾਣੀਆਂ, ਅੱਜ ਤੱਕ ਮਰੀਆਂ ਹੀ ਨਹੀਂ। ਮਹਾਰਾਜ ਲੰਮੀ ਉਮਰ ਬਖਸ਼ੇ ਉਹਨਾਂ ਨੂੰ। ਤੇ ਜਿਹੜੀ ਦੂਜੀ ਤਾਈ ਹੈ ਉਹ ਹੈ ਭਾਈ ਢਿੰਦੀ ਕਲਾ ਵਾਲੀ, ਹੈਂ ਉਹ ਨਾ ਅਗਲੀ ਦੇ ਬਾਰ ਬਣਦੀ ਜਿਹਦੀ ਬਿਮਾਰ ਬੁੜੀ ਹੈ, ਬੁਝੇ ਵੱਲ ਮਰਗਾ ਤਾਂ ਕਰ ਲੂਗੀ ਮੂੰਹ, ਹੈਂ ਤੇ ਦੂਰੋਂ ਹੀ ਲੱਗ ਜੂ ਦਹਾਈਆਂ ਦੇਣ। ਓ ਕਾਲੀ ਹੋ ਗਈ ਤੇਰੀਆਂ ਤਾਂ ਅੱਖਾਂ ਵਿੱਚ ਵੜ ਗਈਆਂ, ਤੂੰ ਤਾਂ ਜਮਾਂ ਹੀ ਬਸ ਹੱਡੀਆਂ ਦੀ ਮੁੱਠੀ ਬਣ ਗਈ। ਆ ਭੈਣੇ ਤੇਰੇ ਵਾਲੀ ਬਿਮਾਰੀ ਸਾਡੀ ਚਰਨ ਆਉਂਦੀ ਸੱਸ ਨੂੰ ਸੀ, ਉਹ ਭੱਜ ਕੇ ਬੋਲੂਗੀ ਹੁਣ ਵਿਚਾਰੀ ਦੇ ਭਾਅ ਦੀ ਬਣੀ ਪਈ ਹੈ, ਮਰਨ ਵਾਲੀ ਲੱਗੇ ਉਹ ਨੀ ਕਿਵੇਂ ਠੀਕ ਹੈ ਕਿੱਥੋਂ। ਹਾਂ ਮੁੱਕ ਗਈ ਮੁੱਕ ਗਈ, ਜਦੋਂ ਐ ਕਹੂ ਵੀ ਮੁੱਕ ਗਈ ਉਹ ਬੁੜੀ ਦੇ ਤਾਂ ਬਣ ਜੂ ਭਾਅ ਦੀ ਵੇ ਜੈ ਖਾਣਿਓ ਮੁੰਡਿਓ, ਆ ਕੁੜੀ ਨੂੰ ਫੋਨ ਕਰ ਦਿਓ ਮੇਰੀ ਆ ਬਰਸੀ ਵਿੱਚ ਹੀ ਨਾ ਰਹਿ ਜੇ, ਕਿਤੇ ਬਾਬਿਆਂ ਦਾ ਅਖੰਡ ਪਾਠ ਹੋ ਜੇ ਮਿੰਦਲਾਂ ਦੇ ਮੈਂ ਪਹਿਲਾਂ ਮਰੂੰਗੀ। ਆ ਤੇਰੀ ਤਾਈ ਦੱਸ ਗਈ ਵੀ ਤੇਰਾ ਤਾਂ ਸਰੀਰ ਹੀ ਬੜਾ ਘਟਿਆ ਪਿਆ, ਜਿਹੜੀ ਨਹੀਂ ਮਰਦੀ ਉਹਨੂੰ ਵੀ ਮਾਰ ਦੂ, 20 ਬੁੜੀਆਂ ਮਾਰਤੀਆਂ ਉਹਨੇ। ਤੇ ਹੁਣ ਐਂ ਗੱਲ ਹੈ ਦੇਖੋ, ਉਹਦਾ ਕੋਈ ਮਾਰਨ ਦਾ ਮਕਸਦ ਨਹੀਂ ਵੀ ਉਹ ਮਾਰਨਾ ਨਹੀਂ ਚਾਹੁੰਦੀ, ਪਰ ਰੱਬ ਨੇ ਉਹਨੂੰ ਹਾਸਮੁੱਖ ਸੁਭਾਅ ਨਹੀਂ ਦਿੱਤਾ। ਇਹ ਕਿੱਥੋਂ ਲਿਆ ਵੇ, ਆ ਅੰਦਰਲਾ ਫੁੱਲ ਉਹਨੇ ਖਿੜਿਆ ਹੀ ਨਹੀਂ, ਆਉਂਦਾ ਬੁਝਿਆ ਪਿਆ ਮੱਚਿਆ ਪਿਆ। ਤੇ ਜਿਹੜੀ ਦੂਜੀ ਹੈ ਕੋਈ ਉਹਦੇ ਕੋਲ ਟੀਕਾ ਨਹੀਂ ਹੈ ਜਮਾਉਣ ਦਾ, ਪਰ ਕਈ ਲੋਕਾਂ ਨੂੰ ਜ਼ਿੰਦਗੀ ਦੇਤੀ। ਜ਼ਿੰਦਗੀ ਜ਼ਿੰਦਾਬਾਦ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜ਼ਿੰਦਾ ਰਾਣੀ ਨਾਲ ਕੀ ਹੋਇਆ, ਜ਼ਿੰਦਾ ਰਾਣੀ ਬਦਲਾ ਕੇ ਪਹਿਰਾਵਾ ਆਪਦੀ ਨੌਕਰਾਣੀ ਦਾ ਚਨਾਰ ਦੇ ਕਿਲੇ ਚੋਂ ਤੜਕੇ 3 ਵਜੇ ਨਿਕਲ ਗਈ। ਨਿਕਲ ਕੇ ਸਿਆਣੀ ਬੁੜੀ ਨੇ ਕੀ ਕੀਤਾ, ਗੰਗਾ ਨਦੀ ਵਗ ਰਹੀ ਹੈ ਪਾਣੀ ਨੀ ਪੀਤਾ ਨਹਾਤੀ ਨੀ, ਉਹਦੇ ਕਿਨਾਰੇ ਤੇ ਇੱਕ ਤਾਂ ਗਾਗਰ ਰੱਖਤੀ ਇੱਕ ਚੱਪਲਾਂ ਲਾ ਗਈ, ਤੇ ਤੁਰ ਕਿੱਧਰ ਨੂੰ ਪਈ, ਜਿੱਧਰੋਂ ਪਾਣੀ ਆ ਰਿਹਾ ਸੀ ਉੱਧਰ ਨੂੰ ਤੁਰ ਪਈ। ਫੌਜੀ ਆਏ ਸਿਪਾਹੀ ਆਏ ਆਦੇ ਓਏ, ਬਾਹਲੀ ਤਾਂ ਦੁੱਖ ਤਕਲੀਫਾਂ ਨਾਲ ਬਿੰਨੀ ਪਈ ਸੀ, ਪੁੱਤ ਵਿਛੜ ਗਿਆ, ਕੁੱਟਮਾਰ ਹੋ ਗਈ, ਅੰਦਰ ਖਾਣਾ ਦਾਣਾ ਮਾੜਾ ਮਿਲਦਾ ਸੀ, ਅੱਕੀ ਰਾਣੀ ਇਹਦੇ ਵਿੱਚ ਡੁੱਬ ਗਈ, ਆ ਪਈਆਂ ਚੱਪਲਾਂ ਆ ਪਈ ਹੈ ਗਾਗਰ, ਪੁੱਠੇ ਮੁੜ ਗਏ। ਰਾਣੀ ਉੱਧਰ ਨੂੰ ਤੁਰੀ ਗਈ ਜਿੱਧਰੋਂ ਪਾਣੀ ਆਉਂਦਾ ਸੀ। ਰਾਤੇ ਰਾਤ ਦਿਨ ਚੜ੍ਹਦੇ ਨੂੰ 6 ਵਜਦੇ ਨੂੰ ਕਈ ਕਿਲੋਮੀਟਰ ਸਫ਼ਰ ਲਵੇੜ ਕੇ ਕਿੱਥੇ ਪਹੁੰਚ ਗਈ, ਪਤਾ ਨਹੀਂ ਕਿਹੜਾ ਪਿੰਡ ਹੈ, ਤੇ ਉੱਥੇ ਬੇੜੀ ਵਾਲਾ ਖੜਾ ਹੈ, ਆ ਜਾਓ ਭਾਈ ਉਹ ਜਿਹਨੇ ਨਦੀ ਲੰਘਣੀ ਹੈ, ਗੰਗਾ ਨਦੀ ਲੰਘਣੀ ਹੈ, ਮੈਂ ਲੈ ਕੇ ਜਾਂਦਾ, ਆ ਜਾਓ। ਰਾਣੀ ਜਿੰਦਾ ਵਿੱਚ ਚੜ੍ਹ ਗਈ, ਬੀਬੀ ਤੇਰੀਆਂ ਚੱਪਲਾਂ, ਆਦੀ ਪੁੱਤ ਕੋਈ ਗੱਲ ਨਹੀਂ ਮੈਂ ਇੱਥੇ ਜਾਣਾ, ਮੈਂ ਨੰਗੇ ਪੈਰੀ ਆਈ ਹਾਂ। ਟੱਪ ਕੇ ਬੇੜੀ ਰਾਹੀਂ ਗਾਹਾਂ ਬਾਗੀ, ਤੇ ਗਾਹਾਂ ਇਹੋ ਜਿਹਾ ਡੇਰਾ ਹੈ ਮੰਦਰ ਹੈ, ਉਹ ਪਿੰਡ ਦਾ ਨਾਂ ਦੱਸਿਆ ਇਤਿਹਾਸ ਦੇ ਵਿੱਚ ਰਾਮਨਗਰ। ਉਹ ਮੰਦਰ ਦੇ ਵਿੱਚ ਸਲਾਨਾ ਮੇਲਾ ਲੱਗਿਆ, ਜੱਗ ਵਰਤ ਰਿਹਾ, ਲੋਕ ਬੈਠੇ ਨਾ, ਰਾਣੀ ਜਿੰਦਾ ਉਹਨਾਂ ਦੇ ਵਿੱਚ ਵੜ ਗਈ। ਇੱਕ ਪਾਸੇ ਕੀ ਦੇਖਿਆ, ਬੋਹੜ ਦੇ ਥੱਲੇ ਇੱਕ ਜਟਾਂ ਵਾਲੀ ਸੰਤਣੀ ਬੈਠੀ ਹੈ, ਲੋਕਾਂ ਨੂੰ ਉਪਦੇਸ਼ ਦੇ ਰਹੀ ਹੈ। ਰਾਣੀ ਜਿੰਦਾ ਤੋਂ ਤਾਂ ਉਹ ਸਿਆਣੀ ਨਾ ਗਈ, ਉਹਨੇ ਸਿਆਣ ਲਈ ਹੁਣ ਇਹ ਹੈ ਕੌਣ ਸੰਤਣੀ, ਇਹ ਉਹਦੀ ਦੂਜੀ ਗੋਲੀ ਹੈ। 2 ਗੋਲੀਆਂ ਸੀ ਵਫਾਦਾਰੀਆਂ, ਸ਼ਾਮੋਂ ਤਾਂ ਨਾਲ ਸੀ ਜੇਲ੍ਹ 'ਚ, ਉਹਨੂੰ ਤਾਂ ਜੇਲ੍ਹ 'ਚ ਹੀ ਛੱਡੀ। ਇਹਦਾ ਨਾਂ ਹੈ ਗੋਮਤਾਂ ਗੋਲੀ ਦਾ ਨਾਂ, ਇਹਨੂੰ ਕਿਹਾ ਸੀ ਗੋਮਤਾਂ ਬਾਹਰ ਰਹੀ ਮੈਨੂੰ ਜੇ ਜੇਲ੍ਹ 'ਚ ਸਿੜਤਾ, ਮੈਂ ਕਦੇ ਨਾ ਕਦੇ ਰੱਬ ਤੇਰੇ ਨਾਲ ਮੇਰਾ ਮੇਲ ਕਰਾਊਗਾ, ਮੈਂ ਮਿਲੂੰਗੀ ਤੈਨੂੰ, ਅੱਜ ਮਿਲ ਗਈ। ਹੁਣ ਗੋਮਤਾਂ ਨੂੰ ਸਿਆਣ ਆ ਗਈ, ਉਹਨੇ ਸੋਚਿਆ ਮੈਂ ਉੱਠ ਕੇ ਚੁੰਬੜ ਜਾਂ ਰਾਣੀ ਨੂੰ, ਤੇ ਦਹੌੜਾ ਕਰ ਲਾਂ, ਪਹਿਲਾਂ ਤਾਂ ਰੋਵਾਂ ਫਿਰ ਕਰੀਏ ਦੁੱਖ ਸੁੱਖ। ਆ ਗਈ ਰਾਣੀ, ਉਹਨੂੰ ਵੀ ਪਤਾ ਵੀ ਆਈ ਤਾਂ ਭੱਜ ਕੇ ਇਹ। ਉਦੋਂ ਬਾਅਦ ਜਦੋਂ ਲੋਕ ਚਲੇ ਗਏ, ਗੁਮਤਾ ਨੇ ਅੱਖ ਬਚਾਈ ਸਰੋਤਿਓ, ਤੇ ਰਾਣੀ ਦੇ ਗਲ ਜਾ ਲੱਗੀ, ਪੈਰਾਂ ਤੇ ਨਮਸਕਾਰ ਕੀਤੀ। ਰਾਣੀ ਆਦੀ ਕੌਣ, ਆਦੀ ਮੈਂ ਗੁਮਤਾ, ਆਦੀ ਤੇਰਾ ਭੇਸ, ਆਦੀ ਇਹਦੇ ਬਿਨਾਂ ਲੋਟ ਨਹੀਂ ਆਉਂਦੀ ਸੀ, ਗੱਲਾਂ ਜਟਾਂ ਬਣਾਈਆਂ ਬਿਨਾ, ਚਲੋ ਹਾਂ ਆਦੀ ਗੁਮਤਾ, ਦੁੱਖ ਸੁੱਖ ਦੀ ਗੱਲ ਨਾ ਕਰੀ ਮੇਰੇ ਨਾਲ। ਕਹਿੰਦੀ ਕਿਉਂ, ਦੁੱਖ ਸੁੱਖ ਕਰਨ ਨੂੰ ਖੁੱਲ੍ਹਾ ਟਾਈਮ ਹੈ, ਪਰ ਮੈਂ ਤੜਕੇ ਦੀ ਉੱਠੀ ਹਾਂ, ਮੈਂ ਮਿੰਟ ਭੁੱਖ ਨਹੀਂ ਕੱਟ ਸਕਦੀ, ਅਤੇ ਮੇਰਾ ਕਾਲਜਾ ਮੂੰਹ ਨੂੰ ਆਈ ਜਾਂਦਾ, ਐਡੀ ਭੁੱਖੀ ਮਰਦੀ ਹਾਂ, ਪਹਿਲਾਂ ਕੁਛ ਖਾਣ ਦਾ ਪ੍ਰਬੰਧ ਕਰ, ਉਦੋਂ ਪਹਿਲਾਂ ਮੈਨੂੰ ਚੱਪਲਾਂ ਲੈ ਕੇ ਦੇ ਕਿਸੇ ਦੀਆਂ। ਚੱਪਲਾਂ ਕਿਸੇ ਹੋਰ ਬੀਬੀ ਦੀਆਂ ਪਾ ਲਈਆਂ, ਅਤੇ ਖਾਣ ਦਾ ਪ੍ਰਬੰਧ ਜਦੋਂ ਪੁੱਛਿਆ, ਅਤੇ ਗੋਮਤਾ ਕਹਿੰਦੀ ਰਾਣੀ ਇਸ ਮੰਦਰ ਦਾ ਸੂਲ ਹੈ ਵੀ ਹੋਰ ਟਾਕੀ ਦੇ ਵਿੱਚ ਪੁਜਾਰੀ ਬੈਠਾ, ਉਹ ਦੇ ਰਿਹਾ ਭੋਜਨ, ਹਰ ਹਰ ਦੀ ਦਾਲ ਹੈ ਅਤੇ ਕੱਚੇ ਪੱਕੇ ਜੇ ਚੌਲ, ਤੂੰ ਕੇਲਿਆਂ ਦਾ ਪੱਤਾ ਐਂ ਲੈ ਜਾ ਅਤੇ ਉਹਦੇ ਕੋਲੋਂ ਜਾ ਕੇ ਮੰਗ ਲੈ, ਇਹ ਇੱਕ ਜਣੇ ਨੂੰ ਇੱਕ ਵਾਰੀ ਦਿੰਦੇ ਨੇ, ਮੈਂ ਲੈ ਲਿਆ ਅਤੇ ਮੈਨੂੰ ਇਹ ਸਿਆਣ ਲੈਣਗੇ, ਮੈਨੂੰ ਦੇਣੇ ਨਹੀਂ ਚੌਲ, ਤੂੰ ਮੰਗ ਲਾ। ਉਹ ਜਦੋਂ ਮੰਗ ਲਾ ਕਿਹਾ ਨਾ, ਤਾਂ ਖੜੀ ਰਾਣੀ ਦੀਆਂ ਬੀਬੀਓ ਧਾਹਾਂ ਨਿਕਲ ਗਈਆਂ। ਆਦੀ ਕੀ ਗੱਲ, ਨਾਲੇ ਤੂੰ ਭੁੱਖਾ ਦੀ ਭੁੱਖੀ ਵਾਲੀ ਮਰਦੀ ਆ, ਨਾਲੇ ਮੰਗਣ ਨਹੀਂ ਜਾਂਦੀ, ਆਦੀ ਨਹੀਂ ਮੈਂ ਰਾਣੀ ਹਾਂ, ਰਾਣੀ ਮਹਾਰਾਜਾ ਰਣਜੀਤ ਸਿੰਘ ਦੀ, ਮੈਂ ਤਾਂ ਲੱਖਾਂ ਲੱਖਾਂ ਟਰੱਕਾਂ ਦੇ ਟਰੱਕ ਸੂਟਾਂ ਦੇ ਬੀਬੀਆਂ ਨੂੰ ਦਾਨ ਕਰਦੀ ਰਹੀ ਹਾਂ, ਅਤੇ ਲੋਕਾਂ ਨੂੰ ਐਡੇ ਐਡੇ ਲੰਗਰ ਲਾਉਂਦੀ ਰਹੀ ਹਾਂ, ਨਹੀਂ ਮੈਂ ਹੋਰ ਸਾਰਾ ਕੁਛ ਕਰ ਲਊਂ, ਗੋਮਤਾ ਮੈਂ ਇੱਥੋਂ ਮੰਗਿਆ ਨਹੀਂ ਜਾਣਾ। ਆਏ ਹਾਏ ਹਾਏ,
गोमता ने हाथ जोड़ ले महाराणी इथों की नहीं मंगया जाना मंगना किसी नूं नहीं आउंदा रब मूहरे जिहड़े जाके मंगदे ने गोमता कहिंदी उन्हां नूं भी मंगना नहीं आउंदा आदि किवें हो गल सुन छलिए बात प्यारी भाइयां बाज नी रिश्तेदारी ओहो केड़े कमल लारी जी नूं रंगना आउंदा नी रब नूं गाला कढ़दे खुद नूं मंगना आउंदा नी ओ रब नूं गाला कढ़दे खुद नूं मंगना आउंदा नी फिकर ना कर जे तैनू मंगना नहीं आउंदा तेरी मंगण च मैं मदद करूंगी ऐ करी कोले जाके खड़ जी ऐ खाली पत्ता लेके केले दा ते बोलूंगी मैं तू बोली ना राणी चली गई कोले जाके खड़ गई पुजारी दे गोमता बोलदी है बाबा आ फकीरनी पंजाब तो आई है नले तो बेचारी बीमार है नले गूंगी है नले बोली बोली है भुखी मरदी है इनू खाना दे दो भोजन दे दे पुजारी ने चौलों का एक ऐ भर के कड़छा पाता हर हर की दाल पाती राणी तुरया नहीं गया राणी तो उत्थे ही बह के खाण लग गई वो काली काली खाण लग गई आदि राणी इन्नी काली क्यों खानी है आदि गोमता इतों छेती निकलना भी है मैं तो 36 प्रकार के भोजन तैयार करके सोने के भांड्या च पा के चांदी के चमचों नाल खांदी हुंदी सी अज आह हर हर की दाल लिखती महाराज ने करमा च मेरा कहना ढिड भर जे ते छेती कर इतों आप निकल जाइए जो चौल खत्म हो गए कहती चल हुण किधर जा रही न मंदिर चो निकल के एक जंगल च बढ़ गई यूपी का इलाका है जंगल है कोड़ा कोहां दे विच हजारां कोहां दे विच कोई पता नहीं लगता किधर तुर जाने एक पुलिस तो मौके की सरकार तो लुकदिया हुई ये जानकारी जी तो गल कर ना उदों हिंदी बोल दया हिंदी क्योंकि जे पंजाबी बोल दया तो उन्होंने डर है भी अगला वो पछाण लू भी पंजाबन बीबिया इतने यूपी के जंगलों च की कर फिर ये बागी न हुण लै सुनो मेरे साथियों तो दोनों ढंडियाले छंद सुना रहे सोनू बड़ा प्यारा उहदे विच भी दोनों जा रही बोली गोमता ते राणी जिंदा ते साडा छंद की कह रहा है कि हौली गल्लां करदियां यूपी की बोली जंगल विच भी जा रही राणी ते गोली लै सुनो प्यार नाल गाहां स्टोरी गाहां होगी है क्यों जा रही न हड़ तड़कन चूड़ा हरियाणा देश पंजाब दी
ਕੀ ਹੋਇਆ ਸੰਗਤੇ ਕਹਿੰਦੇ ਜਦੋਂ ਤੁਰੀਆਂ ਜਾ ਰਹੀਆਂ ਨੇ ਤੇ ਕਿਣਮਣ ਕਿਣਮਣ ਹੋਣ ਲੱਗ ਗਈ ਇਹ ਜਦੋਂ ਮੁਸੀਬਤ ਹੋਵੇ ਨਾ ਤੇ ਕੁਦਰਤ ਵੀ ਦੁੱਖ ਮੂਹਰੇ ਲਿਆ ਕੇ ਖੜਾ ਕਰਦੀ ਹੈ ਕੜੀਆਂ ਪੈਣ ਲੱਗ ਗਈਆਂ ਹੁਣ ਇੱਕ ਤਾਂ ਊਂ ਠੰਡ ਹੈ ਇੱਕ ਥੱਕੀਆਂ ਟੁੱਟੀਆਂ ਨਾ ਇੱਕ ਭਾਈ ਮੌਕੇ ਦੀਆਂ ਚੋਰ ਹੈ ਸਰਕਾਰ ਦੀਆਂ ਕਿਣਮਣ ਕਿਣਮਣ ਹੋਣ ਲੱਗ ਗਈ ਤੇ ਰਾਣੀ ਨੂੰ ਤਾਪ ਚੜ ਗਿਆ ਉਹ ਤਾਂ ਕਦੇ ਦਸ ਕਰਮਾਂ ਨਹੀਂ ਤੁਰੀ ਸੀ ਹੋਏ ਰਾਣੀ ਦੇਸ਼ ਪੰਜਾਬ ਦੀ ਅੱਜ ਤਾਪ ਨੇ ਪੰਨੀ ਉਹਨੇ ਸੁੱਖਣਾ ਵੜੀਆਂ ਸੁਖੀਆਂ ਪਰ ਕਿਸੇ ਨਾ ਮੰਨੀ ਹਾਂਜੀ ਮੰਨੀ ਕੀ ਹੋਇਆ ਤੁਰੀਆਂ ਜਾ ਰਹੀਆਂ ਨਾ ਆਥਣ ਹੋ ਗਿਆ ਰਾਣੀ ਥੱਕ ਗਈ ਤਾਪ ਚੜ ਗਿਆ ਆਦੀ ਨੀ ਸ਼ਾਮੋ ਨੀ ਗੋਮਤਾਂ ਹੁਣ ਨੀ ਆਪਾਂ ਤੁਰਦੀਆਂ ਕਹਿੰਦੀ ਕੀ ਗੱਲ ਕਹਿੰਦੀ ਮੈਥੋਂ ਤੁਰਿਆ ਨੀ ਜਾਂਦਾ ਮੈਨੂੰ ਤਾਪ ਚੜ ਗਿਆ ਪੰਜ ਪੱਠ ਤੇ ਰਾਤ ਕੱਟਣ ਦਾ ਕੋਈ ਢੰਗ ਬਣਾ ਇੰਨਾ ਕੁ ਢੰਗ ਸੋਚ ਲਾ ਵੀ ਆ ਕਣੀਆਂ ਤੋਂ ਬਚਤ ਹੋ ਜੇ ਆਦੀ ਹੁਣ ਮੈਂ ਕਣੀਆਂ ਤੋਂ ਇੱਥੇ ਕੋਈ ਕੋਠਾ ਨੀ ਕੋਈ ਛੱਤ ਨੀ ਮੈਂ ਕਾਹਦੇ ਚ ਵਾੜਾਂ ਤੈਨੂੰ ਗੁੰਮਤਾ ਕਹਿੰਦੀ ਉਹ ਆਦੀ ਸਿਆਣੇ ਕਹਿੰਦੇ ਨੇ ਜਦੋਂ ਕੋਈ ਗੱਲ ਨਾ ਉੜੇ ਕੰਧ ਨੀ ਮੂੰਹ ਕਰ ਲੇ ਕੋਈ ਨਾ ਕੋਈ ਗੱਲ ਕੰਧ ਦੱਸ ਦਿੰਦੀ ਹੈ ਕੰਧ ਨੀ ਕੁਛ ਦੱਸਦੀ ਹੁੰਦੀ ਸਿਆਣਿਆਂ ਦੀ ਗੱਲ ਇਹ ਹੈ ਕੋਈ ਮੁਸੀਬਤ ਪੈ ਜੇ ਸ਼ਾਂਤੀ ਨਾਲ ਸੋਚੋ ਹੱਲ ਨਿਕਲਿਆ ਆਉਂਦਾ ਹੈ ਇੱਕ ਪ੍ਰਸਿੱਧ ਵਿਦਵਾਨ ਹੈ ਸ਼ਿਵ ਖੇੜਾ ਉਹ ਲਿਖਦਾ ਹੈ ਕਹਿੰਦਾ ਐਵਰੀ ਪ੍ਰੋਬਲਮ ਹੈਜ਼ ਏ ਸੋਲੂਸ਼ਨ ਅਤੇ ਹਰੇਕ ਸਮੱਸਿਆ ਦਾ ਹੱਲ ਹੈ ਪਰ ਜੇ ਤੁਸੀਂ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਤੇ ਤੁਸੀਂ ਖੁਦ ਸਮੱਸਿਆ ਹੋ ਇਸ ਕਰਕੇ ਰਾਣੀ ਜਿੰਦਾ ਨੇ ਜਦੋਂ ਐਂ ਝਾਕਿਆ ਵੇਖਿਆ ਤੇ ਇਧਰਲੇ ਪਾਸੇ ਇੱਕ ਗੁਫਾ ਦਿਸ ਗਈ ਗੁਫਾ ਲੰਬੀ ਗੁਫਾ ਪਹਾੜ ਦੀ ਮਿਲ ਗਿਆ ਟਿਕਾਣਾ ਆਖਣ ਕਿਹੜੇ ਢੰਗ ਨਾਲ ਆਪਾਂ ਵਕਤ ਲੰਘਾਣਾ ਹੈ ਟਪਾਣਾ ਨਿਗਮ ਤਾਂ ਆਪਣਾ ਇੱਥੇ ਟਾਈਮ ਲੰਘ ਜੂਗਾ ਕਣੀਆਂ ਤੋਂ ਬਚਤ ਹੋ ਜੂ ਉਹ ਆਦੀ ਵੇਖੀ ਵੇਖੀ ਮੂਹਰੇ ਖੂਹ ਹੈ ਰਾਣੀਏ ਮਗਰ ਖਾਈ ਹੈ ਇਹ ਗੁਫਾ ਕਿਸੇ ਬੰਦੇ ਦੀ ਤਾਂ ਹੈ ਨੀ ਸ਼ੇਰ ਦੀ ਹੈ ਤੇ ਆਥਣ ਹੋਇਆ ਪਿਆ ਉਹ ਵੀ ਘਰੇ ਆਊਗਾ ਹੁਣ ਤੇ ਪੁਲਿਸ ਦਾ ਪਤਾ ਨੀ ਕਦੋਂ ਫੜੂਗੀ ਕਦੋਂ ਆਪਾਂ ਨੂੰ ਜੇਲ੍ਹ ਚ ਸਿੱਟੂ ਫਾਂਸੀ ਦੇਊ ਇਹ ਸ਼ੇਰ ਆਪਣਾ ਕੀਰਤਨ ਸੋਲਾ ਹੁਣੀ ਪੜ ਦੂਗਾ ਇੱਥੇ ਨਿਬੜ ਜੂ ਕੰਮ ਉਹ ਆਦੀ ਇਹ ਗੱਲ ਮੇਰੇ ਤੇ ਛੱਡ ਦੇ ਆਹ ਰਾਣੀ ਨੇ ਬਾਹਰ ਖੜ ਕੇ ਇੱਕ ਸ਼ਬਦ ਪੜਿਆ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੈ ਜਿਸ ਪਾਰ ਬ੍ਰਹਮ ਹੋਏ ਲੱਗੇ ਨਾ ਤੱਤੀ ਵਾਓ ਆਹ ਵਿੱਚ ਵੜ ਗਈਆਂ ਗਾਹਾਂ ਕੀ ਦੇਖਿਆ ਕਿੱਲੀ ਗੱਡੀ ਪਈ ਖੁੱਲੀ ਗੁਫਾ ਕਿੱਲੀ ਗੱਡੀ ਪਈ ਉਹਦੇ ਉੱਤੇ ਝੂਲਾ ਟੰਗਿਆ ਪਿਆ ਤੇ ਇੱਧਰ ਦੇਖਿਆ ਇੱਕ ਗਦੈਲਾ ਵਿਛਿਆ ਪਿਆ ਜਿਵੇਂ ਆ ਤੁਹਾਡੇ ਕੋਲੇ ਗੱਦੇ ਵਿਛੇ ਨਾ ਗਦੈਲਾ ਵਿਛਿਆ ਪਿਆ ਉੱਤੇ ਦਰੀ ਪਈ ਸਰਾਣਾ ਪਿਆ ਖੇਸ ਪਿਆ ਸਾਹ ਚ ਸਾਹ ਆ ਗਿਆ ਕਹਿੰਦੀ ਸ਼ੇਰ ਦੀ ਗੁਫਾ ਤਾਂ ਨਹੀਂ ਹੈ ਕਿਸੇ ਬੰਦੇ ਦਾ ਟਿਕਾਣਾ ਅਜੇ ਪੰਜ ਮਿੰਟ ਬੈਠੀਆਂ ਰੱਬ ਦਾ ਸ਼ੁਕਰ ਕਰ ਰਹੀਆਂ ਸੀ ਢਿੱਡੋਂ ਭੁੱਖੀਆਂ ਕੰਮੀ ਜਾਂਦੀਆਂ ਸੀ ਕਿਉਂਕਿ ਪਾਲਾ ਸੀ ਤੇ ਬਾਹਰੋਂ ਨਾਲੇ ਤਾਂ ਆਵਾਜ਼ ਆਈ ਤੇ ਨਾਲੇ ਹੋ ਗਿਆ ਲਾਟਣ ਦਾ ਚਾਨਣ ਉਹ ਲਾਟਣ ਕਿਸੇ ਦੇ ਹੱਥ ਚ ਹੈ ਬੰਦੇ ਦੇ ਉਹ ਕਰਦਾ ਕੀ ਆਉਂਦਾ ਲੱਖ ਨਿਰੰਜਣ ਹਾ ਲੱਖ ਨਿਰੰਜਣ ਕਦੇ ਕਦੇ ਐਂ ਵੀ ਕਹਿ ਦਿੰਦਾ ਸਤਨਾਮ ਵਾਹਿਗੁਰੂ ਵਾਹਿਗੁਰੂ ਝਾਕੀਆਂ ਇੱਕ ਸੰਤ ਆ ਰਿਹਾ ਭਗਵੇਂ ਭੇਸ ਚ ਸਾਧ ਆ ਰਿਹਾ ਆ ਕੇ ਵਿੱਚ ਵੜ ਗਿਆ ਕਿਹੜਾ ਸਾਧ ਵੀ ਐ ਪੁੱਠਾ ਡਿੱਗਿਆ ਵੀ ਹੈ ਮੇਰੀ ਗੁਫਾ ਚ ਦੋ ਬੀਬੀਆਂ ਆਦਾ ਬੀਬੀ ਉਹ ਕੌਣ ਹੋ ਤੁਸੀਂ ਜਦੋਂ ਪੰਜਾਬੀ ਬੋਲਿਆ ਦੀਆਂ ਬਾਬਾ ਅਸੀਂ ਫਕੀਰ ਨੀਆਂ ਜਦੋਂ ਪੰਜਾਬੀ ਉਹ ਬੋਲੀਆਂ ਕਹਿੰਦਾ ਭਾਈ ਪੰਜਾਬਣੋ ਕਹਿੰਦੀਆਂ ਬਿਲਕੁਲ ਡਰੋ ਨਾ ਬਿਲਕੁਲ ਮੇਰੀ ਗੁਫਾ ਤੇ ਬੈਠੋ ਮੈਨੂੰ ਆਹ ਟੰਗ ਰਹਿਣ ਦੋ ਲਾਟਣ ਟੰਗਤੀ ਬੀਬੀਓ ਇੱਥੇ ਕਿਵੇਂ ਤੇ ਉਹ ਡਾਲੀ ਵੀ ਲੈ ਕੇ ਆ ਰਿਹਾ ਪਿੰਡ ਚੋਂ ਡਾਲੀ ਲੈ ਕੇ ਆ ਰਿਹਾ ਉਹਦੇ ਕੋਲ ਪ੍ਰਸ਼ਾਦੇ ਆ ਦਾਲ ਹੈ ਉਹ ਤੋਂ ਬਾਅਦ ਸਾਰੀਆਂ ਗੱਲਾਂ ਬਾਅਦ ਚ ਕਰਾਂਗੇ ਪਹਿਲਾਂ ਲਓ ਲੰਗਰ ਛਕੋ ਤੁਸੀਂ ਭੁੱਖੀਆਂ ਹੋਣਗੀਆਂ ਲੰਗਰ ਛਕਾਇਆ ਰੱਬ ਦਾ ਰੂਪ ਜਾਪਿਆ ਸਾਧ ਵੀ ਆਹ ਹੈ ਸਾਧ ਨਹੀਂ ਹੈ ਤਾਂ ਰੱਬ ਹੈ ਬਾਣੀ ਕਹਿੰਦੀ ਹੈ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਕੱਪੜਿਆਂ ਦਾ ਨਾਂ ਸਾਧ ਨਹੀਂ ਹੈ ਇਹ ਕਿਸੇ ਹੋਰ ਚੀਜ਼ ਦਾ ਨਾਂ ਸਾਧ ਹੈ ਲੰਗਰ ਛਕਣ ਤੋਂ ਬਾਅਦ ਸੰਤ ਪੁੱਛਣ ਲੱਗਿਆ ਬੀਬੀ ਉਹ ਕਿੱਥੋਂ ਪੰਜਾਬ ਚੋਂ ਇੱਥੇ ਕਿਵੇਂ ਆ ਗਈਆਂ ਆ ਗਈਆਂ ਬਾਬਾ ਤੈਨੂੰ ਅਸੀਂ ਬਾਅਦ ਚ ਦੱਸਾਂਗੀਆਂ ਪਹਿਲਾਂ ਤੂੰ ਦੱਸ ਵੀ ਤੂੰ ਪੰਜਾਬੀ ਬੰਦਾ ਇੱਥੇ ਗੁਫਾ ਕਿਵੇਂ ਬਣਾਈ ਬੈਠਾ ਹੈ ਆਹ ਕਹਿੰਦਾ ਪੁੱਤ ਮੇਰੀ ਤਾਂ ਦਰਦ ਕਹਾਣੀ ਲੰਮੀ ਹੈ ਮੈਂ ਸਾਧ ਨਹੀਂ ਹਾਂ ਆਦੀਆਂ ਹੋਰ ਕੀ ਹੈ ਤੂੰ ਆਦਾ ਪੁੱਤ ਤੁਸੀਂ ਪਤਾ ਨਹੀਂ ਜਾਣਦੇ ਹੋ ਪਤਾ ਨਹੀਂ ਨਹੀਂ ਮੈਂ ਤਾਂ ਨਾ ਫੌਜ ਦਾ ਅਫਸਰ ਹਾਂ ਆਹ ਅਫਸਰ
ਬਾਬਾ ਰਹਿਣਾ ਗੁਫਾ ਪੱਟ ਕੇ ਸਾਧਾਂ ਵਾਲਾ ਬਾਣਾ ਪੈ ਸਾਨੂੰ ਤਾਂ ਗੱਲ ਨਹੀਂ ਸਮਝ ਆਈ ਤੇਰੀ। ਆਹਦਾ ਪੁੱਤ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਅਫਸਰ ਹਾਂ। ਇੱਥੇ ਕਿਵੇਂ ਲੈ ਇੱਥੇ ਗੱਲ ਦੱਸਦਾ ਉਹ ਸੰਤ। ਆਹਦਾ ਪੁੱਤ ਜਿੰਨਾ ਚਿਰ ਤਾਂ ਸ਼ੇਰੇ ਪੰਜਾਬ ਰਿਹਾ ਜਿਉਂਦਾ ਉਹ ਟਹਿਕਦਾ ਮਹਿਕਦਾ ਰਿਹਾ ਖਾਲਸਾ ਪੰਥ ਤੇ ਸਾਰਾ ਤਖ਼ਤ ਲਾਹੌਰ ਦਾ ਦਰਬਾਰ। ਜਿੱਦੇ ਮਰ ਗਿਆ ਡੋਗਰਿਆਂ ਨੇ ਮਿੱਟੀ ਪੱਟਤੀ। ਪਹਿਲਾਂ ਤਾਂ ਉਹਦਾ ਮੁੰਡਾ ਖੜਕ ਸਿੰਘ ਮਾਰਿਆ ਜਿਹੜਾ ਤਖ਼ਤ ਤੇ ਬੈਠਾ ਸੀ। ਖੜਕ ਸਿੰਘ ਦਾ ਸ਼ਸ਼ਕਾਰ ਕਰਨ ਵੇਲੇ ਉਹਦਾ ਪੋਤਾ ਗੱਦੀ ਤੇ ਬਹਾਤਾ ਤੇ ਉਹਨੂੰ ਮਾਰਤਾ ਅੰਦਰ ਰੱਖ ਕੇ ਤਸੀਹੇ ਦੇ ਦੇ ਖੜਕ ਸਿੰਘ ਨੂੰ ਤੇ ਉਹਦੇ ਪੋਤੇ ਨੂੰ ਕਹਿੰਦੇ ਰਣਜੀਤ ਸਿੰਘ ਨੂੰ ਕਹਿੰਦੇ ਆ ਜਾ ਉਹ ਤੇਰਾ ਪਿਓ ਮਰ ਗਿਆ ਨਾਲੇ ਮੂੰਹ ਦੇਖ ਲੈ ਨਾਲੇ ਇਹਦਾ ਸ਼ਸ਼ਕਾਰ ਕਰ ਦੇ। ਜਦੋਂ ਮੂੰਹ ਦੇਖ ਕੇ ਸ਼ਸ਼ਕਾਰ ਕਰਨ ਗਿਆ ਵਾਪਸ ਆ ਰਿਹਾ ਸੀ ਉਹਦੇ ਤੇ ਨਿੱਕੀਆਂ ਇੱਟਾਂ ਦਾ ਸਿੜਤਾ ਛੇਜਾ। ਬੀਬੀ ਉਹਦੀ ਮਾਂ ਗੱਦੀ ਤੇ ਬਿਠਾਤੀ ਤੇ ਉਹਨੂੰ 19 ਸਾਲਾਂ ਦੇ ਮੁੰਡੇ ਨੂੰ ਮਹਾਰਾਜ ਰਣਜੀਤ ਸਿੰਘ ਦੇ ਪੋਤੇ ਨੂੰ ਕਬਰ ਨਾਲ ਨਿਹਾਲ ਸਿੰਘ ਨੂੰ ਲੈ ਕੇ ਚੱਕ ਕੇ ਅੰਦਰ। ਮੈਂ ਉਸ ਕਮਰੇ ਦੇ ਬਾਹਰ ਕੇ ਖੜਾ ਸੀ ਰਫਲ ਫੜੀ ਮੇਰੀ ਉੱਥੇ ਡਿਊਟੀ ਸੀ। ਉਹ 7 ਰਾਤਾਂ ਤੇ 7 ਦਿਨ ਅੰਦਰ ਤੜਫਦਾ ਰਿਹਾ। ਲੋਕਾਂ ਨੂੰ ਐਂ ਵੀ ਕਮਰ ਨਾਲ ਨਿਹਾਲ ਦਾ ਇਲਾਜ ਕਰ ਰਹੇ ਨੇ ਪਰ ਧਿਆਨ ਸਿੰਘ ਤੇ ਗੁਲਾਬ ਸਿੰਘ ਡੋਗਰਿਆਂ ਨੂੰ ਤਸੀਹੇ ਦੇ ਰਹੇ ਸੀ। ਉਹ ਪਾਣੀ ਮੰਗ ਰਿਹਾ ਸੀ ਕੋਈ ਉਹਦੇ ਮੂੰਹ 'ਚ ਪਾਣੀ ਨਹੀਂ ਪਾ ਰਿਹਾ। 7ਵੇਂ ਦਿਨ ਧਿਆਨ ਸਿੰਘ ਡੋਗਰਾ ਬਾਹਰੋਂ ਆਇਆ। ਮੈਂ ਰਫਲ ਫੜੀ ਐਂ ਖੜਾ ਜਦੋਂ ਅੰਦਰ ਲੰਘਿਆ ਤੇ ਪਿਆ ਪਿਆ ਸਹਿਜਾਦਾ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਐਂ ਝਾਕਿਆ ਅੱਖਾਂ ਟੱਡੀਆਂ ਵੀ ਧਿਆਨ ਸਿੰਘ ਆਇਆ ਤੇ ਸ਼ਾਇਦ ਮੈਨੂੰ ਪਾਣੀ ਦੀ ਘੁੱਟ ਪਿਆਊਗਾ ਕਿਉਂਕਿ ਧਿਆਨ ਸਿੰਘ ਆਖਿਆ ਸੀ ਉਹ ਇੱਕ ਘੁੱਟ ਪਾਣੀ ਦੀ ਪਿਆ ਦੇ ਬਸ਼ੱਕ ਮੈਨੂੰ ਮਾਰ ਦੇ। ਪਰ ਬੀਬੀ ਉਹ ਮੇਰਾ ਕਹਿੰਦੇ ਦਾ ਐਂ ਕਹਿੰਦਾ ਕਹਿੰਦਾ ਨਾ ਸਾਧ ਭੁੱਬਾ ਮਾਰਨ ਲੱਗ ਗਿਆ। ਕਹਿੰਦਾ ਮੇਰਾ ਕਹਿੰਦੇ ਦਾ ਕਾਲਜਾ ਪੜਦਾ ਉਹਨੇ ਪਾਣੀ ਨਹੀਂ ਪਿਆਇਆ ਇੱਕ ਐਡਾ ਪੱਥਰ ਚੱਕ ਲਿਆ ਤੇ ਸਿਰ ਤੇ ਮਾਰ ਮਾਰ ਜਦੋਂ ਮਹਾਰਾਜ ਰਣਜੀਤ ਸਿੰਘ ਦੇ ਪੋਤੇ ਦਾ ਸਿਰ ਫੇਹਿਆ ਉਹਨੇ ਤੇ ਮੈਥੋਂ 2 ਵਾਰੀ ਬਿਲਡਾਂ ਵਿੱਚ ਦੀ ਝਾਕਿਆ ਗਿਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਥੋਂ 2 ਵਾਰੀ ਬਿਲਡਾਂ ਵਿੱਚ ਦੀ ਝਾਕਿਆ ਗਿਆ। ਓਏ ਉਹ ਤਾਂ ਮਾਰ ਕੇ ਨਿਕਲ ਗਿਆ ਤੇ ਮੈਂ ਉੱਥੇ ਹੀ ਤਾਂ ਉਹਨਾਂ ਦੀ ਲਾਹਤੀ ਬੈਲਟ ਉੱਥੇ ਹੀ ਲਾਹਤੇ ਬੂਟ ਉੱਥੇ ਹੀ ਲਾਹਤੀ ਵਰਦੀ ਉੱਥੇ ਹੀ ਸਿੜਤੀ ਰਫਲ ਤੇ ਮੇਰਾ ਜਿੱਧਰ ਨੂੰ ਮੂੰਹ ਹੋ ਗਿਆ ਮੈਂ ਮੱਥ ਕੇ ਨਹੀਂ ਆਇਆ ਯੂਪੀ ਦੇ ਜੰਗਲਾਂ 'ਚ। ਮੈਂ ਇਕੱਲਾ ਨੌਕਰੀ ਤੋਂ ਮੁਨਕਰ ਨਹੀਂ ਹੋਇਆ ਉਹ ਮੇਰਾ ਜ਼ਿੰਦਗੀ ਤੋਂ ਵੀ ਮਨ ਉਚਾਟ ਹੋ ਗਿਆ। ਉਦੋਂ ਬਾਅਦ ਇੱਥੇ ਆ ਗਿਆ ਇੱਕ ਸਾਧ ਦੇ ਲੜ ਲਾ ਗਿਆ ਸਾਧ ਮਰ ਗਿਆ ਮੈਂ ਇੱਥੇ ਬੈਠਾ। ਹੁਣ ਮੈਨੂੰ ਪੁੱਤ ਤੁਸੀਂ ਦੱਸੋ ਵੀ ਤੁਸੀਂ ਕੌਣ ਹੋ ਮੈਂ ਤਾਂ ਤੁਹਾਨੂੰ ਗੱਲ ਦੱਸ ਆਇਆ ਹੈ। ਹੁਣ ਗੱਲ ਆਪਦੀ ਦੱਸਤੀ ਬੰਦਾ ਆਪਦਾ ਹੀ ਨਿਕਲਿਆ ਆ। ਇਦੋਂ ਬਾਅਦ ਰਾਣੀ ਜਿੰਦਾ ਨੇ ਬੋਲੀ ਗੋਮਤਾ ਨੇ ਇੱਕ ਗੱਲ ਹੋਰ ਪੁੱਛ ਲਈ ਬਾਬਾ ਇੱਕ ਗੱਲ ਹੋਰ ਦੱਸੀ ਤੇਰਾ ਪਿੰਡ ਕਿਹੜਾ ਹੈ ਤੇ ਤੇਰਾ ਨਾਂ ਕੀ ਹੈ। ਇਹਦਾ ਨਾਂ ਹੈ ਮੇਰਾ ਪੁੱਤ ਸੰਤ ਪ੍ਰਤਾਪ ਦਾਸ। ਤੇ ਤੇਰਾ ਪਿੰਡ ਕਿਹੜਾ ਹੈ। ਪਿੰਡ ਹੈ ਪੁੱਤ ਮੇਰਾ ਜ਼ਫਰਵਾਲ ਤਹਿਸੀਲ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਦੇ ਵਿੱਚ ਚਾਹੜ। ਮੇਰਾ ਪਿੰਡ ਹੈ ਉੱਗੋ ਕੇ। ਹੁਣ ਉੱਗੋ ਕੇ ਜਦੋਂ ਸੁਣਿਆ ਤੇ ਮਹਾਰਾਣੀ ਜਿੰਦਾ ਦੇ ਕਾਲਜ 'ਚ ਇੱਕ ਹੋਰ ਚੀਜ਼ ਵੱਜੀ। ਉਹ ਕਿਵੇਂ ਅਸੀਂ ਬਾਹਰ ਗਾਉਣ ਜਾਂਦੇ ਹਾਂ ਜਦੋਂ ਐਂ ਬੋਲਦੇ ਹਾਂ ਨਾ ਵੀ ਆਹ ਤਾਂ ਢੱਡਿਆਂ ਦੇ ਨਾ ਮੈਂ ਸੰਦੋਹੇ ਦਾ ਸੇਖਪੁਰੇ ਦੀ ਭੂਆ ਵਿਆਹੀ ਹੋਵੇ ਮੰਡੀ ਕਲਾਂ ਦੀ ਕੁੜੀ ਵਿਆਹੀ ਹੋਵੇ ਜਿਹਦਾ ਸਾਡੇ ਪਿੰਡ ਦੀ ਹੋਵੇ ਤਾਂ ਬਾਹਲੀ ਸੋਹਣੀ ਗੱਲ ਹੈ। ਨੇੜੇ ਤੇੜੇ ਪਿੰਡਾਂ ਦੀ ਕੁੜੀ ਸਾਡੇ ਤਲਵੰਡੀ ਸਾਹਿਬ ਇਲਾਕੇ ਦੀ ਵਿਆਹੀ ਹੋਵੇ ਨਾ ਸਾਨੂੰ ਆ ਕੇ ਬੁੱਕਲ 'ਚ ਲੈ ਲੈਂਦੀ ਹੈ ਵੇ ਪੁੱਤ ਤੁਸੀਂ ਤਾਂ ਮੇਰੇ ਪਿੰਡਾਂ ਕੋਲ ਦੇ ਹੋ। ਆਹ ਉਹ ਰਾਣੀ ਜਿੰਦਾਂ ਦਾ ਵੀ ਕਾਲਜਾ ਫੜਿਆ ਗਿਆ ਉਹਨੂੰ ਜਦੋਂ ਐਂ ਲੱਗਿਆ ਜਿਹੜੇ ਇਹ ਉੱਗੋ ਕੇ ਪਿੰਡ ਦਾ ਤੇ ਮੇਰੇ ਪੇਕੇ ਨੇ ਚਾਹੜ ਜੱਫਰਵਾਲ ਤਹਿਸੀਲ 'ਚ ਸਾਡੀ ਜਮਾਂ ਐਂ ਵੱਟ ਨਾਲ ਵੱਟ ਲੱਗਦੀ ਹੈ ਨਾਲ ਹੈ ਜਿਵੇਂ ਕੌਰੇ ਆਣਾ ਤੇ ਮੈਨੂੰ ਆਉਣਾ ਐਂ। ਆਹ ਬੰਦਾ ਆਪਦਾ ਨਿਕਲਿਆ ਆਦੀ ਗੁਮਤਾਂ। ਹੁਣ ਇਹਨੂੰ ਬਾਬੇ ਨੂੰ ਦੱਸਦੇ ਆਪਾਂ ਕੌਣ ਆ। ਲੈ ਸੁਣਿਓ ਇੱਥੇ ਛੰਦ ਸੁਣੋ ਮੇਰੇ ਸਾਥੀਆਂ ਤੋਂ। ਭਾਈ ਉਹ ਜਦੋਂ ਦੱਸਣ ਲੱਗੀ ਨਾ ਗੁਮਤਾਂ ਆਦੀ ਬਾਬਾ ਮੈਂ ਤੈਨੂੰ ਦੱਸਤਾ ਦਿੰਦੀ ਅਸੀਂ ਕੌਣ ਆ ਪਰ ਜੇ ਮੈਂ ਤੈਨੂੰ ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਦਿਖਾਵਾਂ ਤੂੰ ਸਿਆਣ ਲਏਗਾ। ਆਹਦਾ ਮੈਂ ਪੁੱਤ ਉਹਦੇ ਰਿਸ਼ਤੇਦਾਰਾਂ ਨੂੰ ਵੀ ਸਿਆਣ ਨੂੰ ਗੱਲ ਕੀ ਕਰਦੀ ਹੈ ਕਦੇ ਆਉਣ ਦੇ ਮੂਹਰੇ। ਉਹ ਆਦੀ ਆਉਣ ਦੇ ਨਹੀਂ ਐਂ ਕਰਕੇ ਉਹਨੇ ਮਹਾਰਾਣੀ ਜਿੰਦਾ ਮੂਹਰੇ ਕਰਤੀ। ਆਦੀ ਆਹ ਦੱਸ ਕੌਣ ਹੈ। ਉਹ ਆਹਦਾ ਇਹਨੂੰ ਤਾਂ ਨਹੀਂ ਮੈਂ ਸਿਆਣਿਆ। ਜਦੋਂ ਐਂ ਕਿਹਾ ਨਾ ਤਾਂ ਇਹਨੂੰ ਨਹੀਂ ਮੈਂ ਸਿਆਣਿਆ। ਗੋਲੀ ਗੋਮਤਾ ਦੀ ਬਾਬਾ ਇਹ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਹੈ ਜਿੰਦਾ ਰਾਣੀ ਹੈ। ਓਏ ਸਾਧ ਦੀਆਂ ਤਾਹਾਂ ਹੋਰ ਨਿਕਲ ਗਈਆਂ। ਰਾਜਮਾਤਾ ਆ ਤੇਰਾ ਰੰਗ ਕਿਉਂ ਕਾਲਾ ਹੋ ਗਿਆ ਤੂੰ ਬੇਸਿਆਣ ਕਿਉਂ ਹੋ ਗਈ ਤੇਰੀਆਂ ਅੱਖਾਂ ਕਿਉਂ ਵਿੱਚ ਵੜ ਗਈਆਂ। ਉਹ ਮੈਨੂੰ ਤੇਰਾ ਘੰਟਾ ਹੋ ਗਿਆ ਪਤਾ ਕਿਉਂ ਨਹੀਂ ਲੱਗਿਆ। ਤੈਨੂੰ ਤਾਂ ਵੇਖ ਦੇਖ ਕੇ ਚੰਦ ਤੇ ਸੂਰਜ ਚਿਪਦੇ ਹੁੰਦੇ ਸੀ ਗੱਲ ਕੀ ਹੋ ਗਈ। ਰਾਣੀ ਜਿੰਦਾਂ ਦੀਆਂ ਉਦੋਂ ਵੱਧ ਤਾਹਾਂ ਨਿਕਲ ਗਈਆਂ। ਸਰੋਤਿਓ ਇਹ ਇਤਿਹਾਸ ਹੈ ਸਾਡਾ ਤੁਹਾਡਾ ਵੀ ਸੁਣ ਸੁਣ ਮਨ ਭਰੀ ਜਾਂਦਾ ਐਂ ਹੋਈ ਹੈ ਮਹਾਰਾਜ ਰਣਜੀਤ ਸਿੰਘ ਦੇ ਪਰਿਵਾਰ ਨਾਲ।
ਗਾਹਾਂ ਕਿਵੇਂ ਖਤਮ ਹੋਇਆ ਥੋੜੇ ਜਿਹੇ ਚਿਰ ਚ ਗੱਲ ਖਤਮ ਕਰ ਦਾਂਗੇ। ਆ ਸੁਣੋ ਪਿਆਰ ਨਾਲ, ਗੋਲੀ ਗੋਮਤਾ ਇਹ ਦੱਸ ਰਹੀ ਹੈ ਕਰਕੇ ਮਹਾਰਾਣੀ ਜਿੰਦਾ ਨੂੰ ਮੂਹਰੇ ਐ ਦੱਸ ਰਹੀ ਹੈ ਇਹਦਾ ਰੰਗ ਕਾਲਾ ਕਿਉਂ ਹੋ ਗਿਆ, ਇਹਦੀਆਂ ਅੱਖਾਂ ਵਿੱਚ ਕਿਉਂ ਵੜ ਗਈਆਂ, ਇਹ ਭੁੱਖੀ ਮਰਦੀ ਤੇ ਚੋਰੀਓਂ ਜੇਲ੍ਹ ਤੋੜ ਕੇ ਇੱਥੋਂ ਤੱਕ ਕਿਵੇਂ ਆਈ। ਲੈ ਸੁਣੋ ਪਿਆਰ ਨਾਲ, ਗੋਲੀ ਗੋਮਤਾ ਸੰਤ ਪ੍ਰਤਾਪ ਦੱਸ ਦੋ ਹੇ ਕਿਉਂ ਦੱਸਦੀ ਹੈ। ਹੋ ਗੋਮਾ ਨੇ ਗੱਲ ਨੂੰ ਖੋਲ ਦਿੱਤਾ, ਕਰ ਜ਼ਹਿਰ ਪਲਾ ਵਿੱਚ ਪੋਲ ਦਿੱਤਾ, ਨਹਿਰਾਂ ਦਾ ਚਸ਼ਮਾ ਡੋਲ ਦਿੱਤਾ, ਆਪਣੇ ਨਾ ਆਪਣੇ ਆਪਣੇ ਨਾ ਆਪਣੇ ਰੇ ਬਾਬਾ, ਜਿੰਦਾ ਦੀ ਜਿੰਦ ਨਮਾਣੀ ਤੇ ਦੁੱਖ ਹੱਥਾਂ ਬਹੁਤੇ, ਦੁੱਖ ਹੱਥਾਂ ਬਹੁਤੇ ਪਏ ਬਾਬਾ, ਜਿਹੜਿਆਂ ਨੂੰ ਇੰਨਾ ਪਾਇਆ ਸੀ ਲਾ ਦਿਲ ਦੇ ਨਾਲ ਸਮਾਇਆ ਸੀ, ਜਿੰਨਾ ਨੇ ਕੀ ਦਾ ਹਰਫ ਉਠਾਇਆ ਸੀ, ਉਹ ਲੋਕ ਕੁਰਾਹੇ ਉਹ ਲੋਕ ਕੁਰਾਹੇ ਪਏ ਬਾਬਾ, ਜਿੰਦਾ ਦੀ ਜਿੰਦ ਨਮਾਣੀ ਤੇ ਦੁੱਖ ਹੱਥੋਂ ਬਹੁਤੇ, ਦੁੱਖ ਹੱਥੋਂ ਬਹੁਤੇ। ਜ਼ਿੰਦਗੀ ਚ ਦੁੱਖ ਵਾਲੇ ਆ ਗਏ, ਇਹ ਦੁੱਖਾਂ ਨੇ ਮਾਰਤੀ ਬੰਦਾ ਉਹਨੇ ਬੜਾ ਹੁੰਦਾ, ਉਹ ਬੰਦੇ ਨੂੰ ਦੁੱਖ ਬੜਾ ਕਰ ਦਿੰਦੇ ਨੇ ਸੱਜਣੋ, ਤੇ ਨਹੀਂ ਤਾਂ ਫਿਰ ਐਂ ਜਵਾਨ ਹੀ ਰਹਿੰਦਾ। ਚੜ੍ਹਦੀ ਕਲਾ ਮਹਾਰਾਜ ਕਿਰਪਾ ਕਰੇ ਤੁਹਾਨੂੰ ਜਵਾਨ ਰੱਖੇ, ਦੁੱਖ ਕਿਸੇ ਤੇ ਨਾ ਆਵੇ। ਜਿਹੜੇ ਘਰੇ ਰੁੱਖ ਹੈ ਨੀ ਉਸ ਘਰੇ ਰੁੱਖ ਹੋ ਜੇ, ਜਿਹੜੇ ਘਰੇ ਪੁੱਤ ਹੈ ਨੀ ਉਸ ਘਰੇ ਪੁੱਤ ਹੋ ਜੇ, ਆਈ ਬਾਬਾ ਨਾਨਕਾ ਤੂੰ ਜਾਈ ਬਾਬਾ ਨਾਨਕਾ, ਤੇ ਇਹੋ ਜਿਹੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ। ਜਦੋਂ ਰਾਣੀ ਜਿੰਦਾ ਮੂਹਰੇ ਕਰਕੇ ਉਹਨੇ ਆਖਿਆ ਨਾ, ਕਹਿੰਦੀ ਬਾਬਾ ਇਹਨੂੰ ਸਭ ਤੋਂ ਵੱਧ ਦੁੱਖ ਮਾਰ ਗਿਆ ਇਹਦੇ ਪੁੱਤ ਦਾ, ਬਲ ਨਾਲ ਉਹ ਚੂਹਾ ਤੋੜ ਲਿਆ, ਬੇ ਸਿੱਖ ਰਾਜ ਦਾ ਵਾਰਸ ਖੋ ਲੈ ਗਏ, ਜੋ ਮਿਲਿਆ ਉਹ ਵੀ ਉਹ ਲੈ ਗਏ, ਸਾਰਾ ਕੁਝ ਇੱਥੋਂ ਢੋ ਲੈ ਗਏ, ਲੱਖ ਰੂਲ ਪਨਾਲੇ ਲੱਖ ਖੂਨ ਪਨਾਲੇ ਬਏ ਬਾਬਾ, ਜਿੰਦਾ ਨੀ ਜਿੰਦ ਨਮਾਣੀ ਤੇ ਦੁੱਖ ਹੱਥੋਂ ਬਹੁਤੇ, ਦੁੱਖ ਹੱਥੋਂ ਹੀ ਬਹੁਤੇ ਪਏ ਬਾਬਾ। ਸੰਤਾ ਦਾ ਬੀਬਾ ਬਸ ਹੁਣ ਨਾ ਵਾਲੀਆਂ ਗੱਲਾਂ ਕਰ, ਮੈਥੋਂ ਸੁਣੀਦਾ ਨੀ। ਰਾਜ ਮਾਤਾ
ਮੈਨੂੰ ਐਂ ਦੱਸ ਵੀ ਮੈਂ ਇੱਥੇ ਤੇਰੀ ਕੀ ਸੇਵਾ ਕਰ ਸਕਦਾ। ਕੁਟਿਆ ਚ ਰਹਿੰਦਾ ਇੱਕ ਸੰਤ, ਉਹ ਆ ਜੀ ਤੂੰ ਪ੍ਰਤਾਪ ਦਾਸਾ ਮੇਰੀ ਬਹੁਤ ਵੱਡੀ ਸੇਵਾ ਕਰ ਸਕਦਾ ਹੈ। ਪਹਿਲੀ ਗੱਲ ਤਾਂ ਮੈਨੂੰ ਐਂ ਦੱਸ ਦੇ, ਆਹ ਜੰਗਲ ਹਜੇ ਕੈਕ ਕੋ ਹੋਰ ਹੈ, ਤੁਰਦੀਆਂ ਤੁਰਦੀਆਂ ਅਸੀਂ ਥੱਕ ਗਈਆਂ, ਹਜੇ ਇਹਦਾ ਸਿਰਾ ਨਹੀਂ ਆਇਆ, ਉਹ ਆਹਦਾ ਜੰਗਲ ਵਾਲਾ ਨਹੀਂ ਰਿਹਾ ਰਾਣੀ, 3 ਕਿੱਲੇ ਰਹਿ ਗਿਆ ਜਿੱਥੇ ਬੈਠੇ ਆ ਨਾ, ਇਦੋਂ 3 ਕਿੱਲੇ ਗਾਹਾਂ ਜੰਗਲ ਖਤਮ ਹੋਜੂ, ਪਲੈਨ ਏਰੀਆ ਆਜੂਗਾ ਸਾਫ, ਪਲੈਨ ਏਰੀਆ ਗਾਹਾਂ। ਫਿਰ ਕਿਹੜਾ ਮੁਲਕ ਆਜੂ? ਆਹਦਾ ਗਾਹਾਂ ਮੁਲਕ ਆਜੂ ਨੇਪਾਲ, ਤੇ ਜਿਹੜੇ ਆਹ ਵੱਟ ਟੱਪਣ ਸਾਰ ਖੇਤ ਆ ਜਾਣਗੇ, ਇਹ ਨੇਪਾਲ ਦੀ ਰਾਜਧਾਨੀ ਹੈ ਕਾਠਮੰਡੂ। ਕਹਿੰਦੀ ਆਹ ਫਿਰ ਤਾਂ ਰੱਬ ਨੇ ਜਮਾਬ ਦੇ ਘਰੀ ਭੇਜਤੇ। ਕਹਿੰਦਾ ਕਿਉਂ? ਕਹਿੰਦੀ ਜਿਹੜਾ ਕਾਠਮੰਡੂ ਦਾ ਰਾਜਾ ਹੈ, ਨੇਪਾਲ ਦਾ ਰਾਜਾ, ਉਹਦਾ ਨਾਂ ਹੈ ਰਾਣਾ ਜੰਗ ਬਹਾਦਰ, ਉਹ ਮਹਾਰਾਜਾ ਰਣਜੀਤ ਸਿੰਘ ਦਾ ਪੱਗ ਵੱਟ ਭਰਾ ਆ। ਲੈ ਵੀ ਸੰਤ ਪ੍ਰਤਾਪ ਦਾਸ ਨਾ ਸੱਜਣੋ, ਰਾਣੀ ਜਿੰਦਾ ਨੂੰ ਤੇ ਗੋਲੀ ਨੂੰ ਦੋਨਾਂ ਨੂੰ ਰਾਜਾ ਰਾਣਾ ਜੰਗ ਬਹਾਦਰ ਦੇ ਮਹਿਲਾਂ ਚ ਵਾੜਿਆ ਆ। ਲੈ ਸੁਣਿਓ ਗੱਲ ਹੋਰ ਬਰਾਗਮਈ ਆ ਗਈ, ਜਦੋਂ ਮਹਿਲਾਂ ਚ ਵਾੜਿਆ ਆ, ਉਹ ਆਹਦਾ ਮਹਾਰਾਣੀ ਜਿੰਦਾ ਤੂੰ ਰਿਸ਼ਤੇ ਪੱਖੋਂ ਤਾਂ ਮੇਰੀ ਭਰਜਾਈ ਹੈ, ਪਰ ਮਹਾਰਾਣਾ ਰਣਜੀਤ ਮੈਥੋਂ ਵੱਡਾ ਸੀ, ਤੂੰ ਮੇਰੀ ਮਾਂ ਹੈ, ਇਸ ਕਰਕੇ ਇੱਥੇ ਤੇਰੀ ਬਾਬਨੀ ਤਾਂ ਗੋਰੇ ਨਹੀਂ ਝਾਕਦੇ, ਤੇ ਤੂੰ ਰਾਮ ਨਾਲ ਬੈਠ, ਤੇ ਨਾਲੇ ਤੈਨੂੰ ਦਵਾਈ ਬੂਟੀ ਦੇਵਾਂਗੇ, ਤੂੰ ਤਕੜੀ ਹੋ। ਆ ਜੀ ਦਵਾਈ ਬੂਟੀ ਮੈਨੂੰ ਇੱਕ ਹੈ, ਜੇ ਮੈਨੂੰ ਉਹ ਦਵਾਈ ਦੇ ਦੇਣਾ, ਮੈਂ 1 ਮਿੰਟ 'ਚ ਤਕੜੀ ਹੋ ਜਾਊਂ। ਕਹਿੰਦੀ ਕਹਿੰਦਾ ਕਿਹੜੀ? ਕਹਿੰਦੀ ਮੇਰੇ ਜਿਗਰ ਦਾ ਟੋਟਾ ਵਿਛੜ ਗਿਆ, ਮੈਥੋਂ ਟੋਟਾ ਦਲੀਪ, ਉਹਨੂੰ ਮੈਨੂੰ ਪਤਾ ਲੱਗਿਆ ਅੰਗਰੇਜ਼ ਲਈ ਫਿਰਦੇ ਨੇ ਯੂਪੀ 'ਚ, ਇੱਥੇ ਕੋਈ ਫਤਿਹਗੜ੍ਹ ਜ਼ਿਲ੍ਹਾ ਹੈ ਉੱਥੇ ਹੈ, ਉਹਦੇ ਤੱਕ ਖਬਰ ਪਹੁੰਚਾ ਦੇ ਵੀ ਤੇਰੀ ਮਾਂ ਬੈਠੀ ਹੈ ਰਾਣੇ ਜੰਗ ਬਹਾਦਰ ਦੇ ਮਹਿਲਾਂ 'ਚ, ਇੱਕ ਵਾਰੀ ਆ ਕੇ ਉਹਨੂੰ ਮਿਲ ਲਾ, ਤੇਰੀ ਮਾਂ ਦੀ ਅੱਖਾਂ ਦੀ ਜੋਤ ਘਟ ਗਈ, ਅੱਜ ਤੈਨੂੰ 9 ਸਾਲ ਹੋ ਗਏ ਵਿਛੜੇ ਨੂੰ, 13 ਸਾਲ 13 ਸਾਲ ਹੋ ਗਏ ਵਿਛੜੇ ਨੂੰ, ਇਹਨਾਂ ਕੰਮਾਂ 'ਚ 13 ਸਾਲ ਲੰਘੇ ਰਾਣੀ ਜਿੰਦਾ ਨੂੰ, ਤੇ ਜਦੋਂ ਵਿਛੜਿਆ ਸੀ ਦਲੀਪ ਉਦੋਂ ਕਿੱਡਾ ਸੀ, 9 ਸਾਲ ਦਾ ਸੀ, ਤੇ 13 ਸਾਲ ਵਿਛੜੇ ਹੋ ਗਏ, ਹੁਣ ਉਹ 22 ਸਾਲ ਦਾ ਉਹ ਚੋਬਰ, ਲਾੜੀ ਤੁੜੀ ਵੀ ਆ ਗਈ ਹੋਣੀ ਆ, ਉਦੋਂ ਤਾਂ ਜਮਾਂ ਹੀ ਛੋਟਾ ਜਿਹਾ ਸੀ ਜਦੋਂ ਮੈਥੋਂ ਬਲ ਨਾਲ ਜੂਆਂ ਤੋੜਿਆ ਅੰਗਰੇਜ਼ਾਂ ਨੇ। ਉਹ ਆਹਦਾ ਕੋਈ ਗੱਲ ਨਹੀਂ, ਮੈਂ ਪੂਰੀ ਕੋਸ਼ਿਸ਼ ਕਰੂੰਗਾ, ਉਹ ਰਾਣੀ ਉਹਦੇ ਮਹਿਲਾਂ 'ਚ ਰਹਿਣ ਲੱਗ ਗਈ। ਹੁਣ ਪਿੱਛੇ ਵੀ ਜਿਹੜੀ ਛਾਮੋ ਬੋਲੀ ਸੀ ਨਾ ਭਾਈ, ਉਹਦੇ 'ਤੇ ਪੁਲਿਸ ਨੇ ਪਹਿਲਾਂ ਤਾਂ ਕੜਾਈ ਕਰਕੇ ਉਹਨੂੰ ਕੁੱਟਮਾਰ ਤਸੀਹੇ ਬਹੁਤ ਦਿੱਤੇ ਵੀ ਤੂੰ ਦੱਸ ਰਾਣੀ ਜਿੰਦਾ ਕਿੱਥੇ ਗਈ ਹੈ, ਤੂੰ ਭਜਾਈ ਹੈ, ਉਹਦੀ ਮੈਂ ਨਹੀਂ ਭਜਾਈ। ਕੱਲ੍ਹ ਇੱਕ ਦਿਨੇ ਨਾ ਬੰਦਾ ਆਇਆ, ਉਹ 2 ਕੁੜੀਆਂ ਲਿਆਇਆ, ਪਤਾ ਨਹੀਂ ਤਾਂ ਉਹ ਨਸ਼ੇ ਦੀਆਂ ਸੀ, ਪਤਾ ਨਹੀਂ ਉਹ ਨੀਂਦ ਦੀਆਂ ਸੀ, ਉਹ ਉਹਨੂੰ ਫੜਾ ਗਿਆ, ਮੈਨੂੰ ਚਾਹ ਕਰਨ ਵੇਲੇ ਉਹਨੇ ਵਿੱਚ ਪਾਤੀਆਂ, ਮੈਂ ਬੇਹੋਸ਼ ਹੋ ਗਈ, ਰਾਣੀ ਇੱਥੋਂ ਨਿਕਲ ਗਈ। ਆਹ ਗੱਲ ਜਦੋਂ ਮੰਨੀ ਨਾ ਕੁੱਟ ਕੁੱਟ ਕੇ, ਫਿਰ ਉਹਨਾਂ ਦੀ ਫੌਜ ਦੇ ਵਿੱਚ ਇੱਕ ਸੱਜਣ ਸਿੰਘ ਸਿਪਾਹੀ ਹੈ, ਪਟਿਆਲੇ ਜ਼ਿਲ੍ਹੇ ਦਾ ਮੁੰਡਾ ਹੈ, ਉਹ ਅਨਮੈਰਿਡ ਹੈ, ਚੰਗੇ ਘਰ ਦਾ ਧੀ ਪੁੱਤ ਹੈ, ਉਹਨੂੰ ਆ ਦਿਓ ਸੱਜਣਾ, ਇਹ ਕੁੱਟਮਾਰ ਕਰਕੇ ਤਾਂ ਮੰਨੀ ਨਹੀਂ, ਪਤਾ ਨਹੀਂ ਕਿਹੋ ਜਿਹੇ ਬੰਦੇ ਨੇ ਇੰਡੀਆ ਦੇ, ਤੇ ਤੂੰ ਇਹਨੂੰ ਮਨਾ, ਪਿਆਰ ਨਾਲ ਮਨਾ। ਸੱਜਣ ਉਹਦੇ ਕੋਲੇ ਗਿਆ, ਸ਼ਾਮੋ ਤੈਨੂੰ ਪਤਾ ਨਾ ਮੈਂ ਇਹ ਕਿਲੇ ਦੀ ਜਿਹੜੀ ਪੁਲਿਸ ਹੈ ਉਹਦੇ ਵਿੱਚ ਵੱਡੇ ਅਹੁਦੇ 'ਤੇ ਕੰਮ ਕਰਦਾ, ਮੈਂ ਪਟਿਆਲੇ ਦੇ ਜ਼ਿਮੀਂਦਾਰਾਂ ਦਾ ਮੁੰਡਾ ਅਤੇ ਮੈਂ ਹਜੇ ਵਿਆਹਿਆ ਨਹੀਂ ਹਾਂ, ਮੈਂ ਤੇਰੇ ਨਾਲ ਵਾਅਦਾ ਕਰਦਾ, ਮੈਂ ਤੈਨੂੰ ਆਪਦੇ ਘਰ ਦੀ ਰੌਣਕ ਬਣਾਊਂਗਾ, ਤੇਰੇ ਨਾਲ ਜ਼ਿੰਦਗੀ ਬਿਤਾਊਂਗਾ, ਅਤੇ ਤੂੰ ਇੱਕ ਵਾਰੀ ਮੈਨੂੰ ਐਂ ਦੱਸ ਦੇ ਵੀ ਰਾਣੀ ਜਿੰਦਾ ਕਿੱਥੇ ਭਜਾਈ ਹੈ, ਕਿੱਧਰ ਗਈ ਉਹ? ਉਹ ਆਦੀ ਵੇ ਸੱਜਣਾ, ਸੱਜਣਾ ਤੇਰਾ ਨਾਂ ਬੜਾ ਸੋਹਣਾ ਸੱਜਣ, ਹੈ ਤਾਂ ਤੂੰ ਸੁੱਚਾ ਮੋਤੀ ਪਰ ਪਰੋਇਆ ਮੁੰਜ ਦੀ ਰੱਸੀ 'ਚ ਹੈ, ਤੈਨੂੰ ਐਂ ਪਤਾ ਜਿਹੜੇ ਦੇਸ਼ ਨਾਲ ਵਫਾਦਾਰੀ ਕਰਦੇ ਨੇ, ਬੰਦ ਬੰਦ ਕੱਟੇ ਜਾਂਦੇ ਨੇ, ਅਤੇ ਦੁਨੀਆਂ ਪੀੜ੍ਹੀਆਂ ਤੱਕ ਪੂਜਦੀ ਆ ਉਹਨਾਂ ਨੂੰ, ਪੀੜ੍ਹੀਆਂ ਤੱਕ। ਕਹੇ ਕਰਨੈਲ ਰਣਜੀਤ ਸਿਆ ਸਿਰ ਵਾਰੂ ਨੇਤੇ, ਓਏ ਕਈ ਹਜ਼ਾਰਾਂ ਪੀੜ੍ਹੀਆਂ ਹਨ ਰਹਿੰਦੇ ਚੇਤੇ, ਹਾਂਜੀ ਚੇਤੇ, ਮੌਤ ਬਰੀ ਬੰਨ ਕੰਗਣੇ ਜਿਨ ਸ਼ਾਹ ਸਵਾਰਾਂ, ਦੁਨੀਆਂ ਗਾਉਂਦੀ ਰਹੂਗੀ ਯੋਧਿਆਂ ਦੀਆਂ 12, ਉਹਨਾਂ ਦੀਆਂ ਤਾਂ ਲੋਕ 12 ਗਾਉਂਦੇ ਨਾ, ਤੇ ਜਿਹੜੇ ਗਦਾਰੀਆਂ ਕਰਦੇ ਨੇ ਤੇਰੇ ਵਾਂਗੂ, ਉਹਨਾਂ ਦੇ ਛਿੱਤਰ ਪੈਂਦੇ ਨੇ ਜਿਉਂਦਿਆਂ ਦੇ ਵੀ ਤੇ ਮਰਿਆਂ ਦੇ ਵੀ। ਆਹਦਾ ਮਰਿਆਂ ਦੇ ਕਿਵੇਂ ਛਿੱਤਰ ਪੈਂਦੇ ਨਾ? ਉਹ ਆਹਦੀ ਕਦੇ ਲਾਹੌਰ ਗਿਆ, ਕਹਿੰਦਾ ਬਾਹਲੀ ਵਾਰੀ ਗਿਆ, ਕਹਿੰਦੀ 5ਵੇਂ ਪਾਤਸ਼ਾਹ ਦਾ ਗੁਰਦੁਆਰਾ ਦੇਖਿਆ ਜਿੱਥੇ ਤੱਤੀਆਂ ਤਵੀਆਂ ਤੇ ਬਿਠਾਇਆ 5ਵੇਂ ਪਾਤਸ਼ਾਹ ਨੂੰ, ਕਹਿੰਦਾ ਦਿਖਾਇਆ ਬੈਠਾ ਦੇਖਿਆ, ਡੇਰਾ ਸਾਹਿਬ ਲਾਹੌਰ ਉਹ ਗੁਰਦੁਆਰੇ ਦਾ ਨਾਂ ਹੈ। ਕਹਿੰਦੀ ਫਿਰ ਜਿੱਦੇ ਮੱਥਾ ਟੇਕਣ ਗਿਆ ਤੈਨੂੰ ਕੋਈ ਫੜ ਕੇ ਸੇਵਾਦਾਰ ਹੈ, ਗਾਹਾਂ ਨਹੀਂ ਲੈ ਕੇ ਗਿਆ? ਕਹਿੰਦਾ ਗਾਹਾਂ ਨਹੀਂ ਲੈ ਕੇ ਗਿਆ। ਕਿਵੇਂ? ਕਹਿੰਦੀ ਹਰੇਕ ਨੂੰ ਗਾਹਾਂ ਲਿਜਾਂਦੇ ਨੇ ਸੇਵਾਦਾਰ, ਵੀ ਮੱਥਾ ਟੇਕ ਲਿਆ 5ਵੇਂ ਪਾਤਸ਼ਾਹ ਨੂੰ? ਹਾਂਜੀ ਟੇਕ ਲਿਆ। ਹੁਣ ਇੱਧਰ ਆ ਜਾ, ਇੱਧਰ ਕੀ ਹੈ ਜੀ? ਇੱਧਰ ਚੰਦੂ ਦੀ ਸਮਾਧ ਹੈ, ਚੰਦੂ ਦੀ ਕਬਰ ਹੈ, ਜਿਹੜੇ ਚੰਦੂ ਨੇ 5ਵੇਂ ਪਾਤਸ਼ਾਹ ਦੇ ਸਿਰ 'ਚ ਦਿੱਤਾ ਰੇਤ ਪਵਾਇਆ ਸੀ। ਉਹ ਨਾ ਭਾਈ ਮੈਂ ਨਹੀਂ ਟੇਕਦਾ ਮੱਥਾ, ਅਗਲਾ ਕਹਿੰਦਾ ਮੈਂ ਟੇਕਦਾ ਮੱਥਾ, ਜਿਹੜੇ ਦੁਸ਼ਟ ਦੇ ਉਹਨੇ ਸਾਡੇ ਸਤਿਗੁਰਾਂ ਦੇ ਸਿਰ 'ਚ ਤਾਂ ਰੇਤਾ ਪਵਾਇਆ। ਫਿਰ ਆਦੀ ਉਹ ਸੇਵਾਦਾਰ ਕਹਿ ਦਿੰਦੇ ਨੇ, ਉਹ ਭਾਈ ਉਹ ਤੂੰ ਮੱਥਾ ਨਹੀਂ ਟੇਕਣਾ, ਚੰਦੂ ਦੀ ਕਬਰ 'ਤੇ ਮੱਥਾ ਨਹੀਂ ਟੇਕਦਾ, ਹੋਰ ਕੀ ਹੁੰਦਾ ਹੈ?
ਉੱਥੇ ਸੁੱਕਿਆ ਫਿੱਡਾ ਛਿੱਤਰ ਪਿਆ, ਪੰਜ ਛਿੱਤਰ ਮਾਰਨੇ ਨਾ, ਹਰੇਕ ਨੇ ਮਾਰਨੇ ਨਾ। ਇਸ ਕਰਕੇ ਉਹਦੇ ਜਿਉਂਦੇ ਦੇ ਵੀ ਛਿੱਤਰ ਪਏ, ਮਰੇ ਦੇ ਵੀ ਛਿੱਤਰ ਪਏ ਨੇ। ਗਦਾਰਾਂ ਦਾ ਤਾਂ ਇਹ ਹਾਲ ਹੈ, ਤੇ ਵਫਾਦਾਰਾਂ ਦੀਆਂ ਲੋਕ ਗਾਉਣਗੇ 12 ਅੱਡਾ ਡੀ ਫਿਸ਼ਰ। ਉਹ ਜਦੋਂ ਇਹ ਦੀਆਂ ਗੱਲਾਂ ਕਰੀਆਂ ਨਾ, ਮੋਮ ਬਣ ਗਿਆ ਸੱਜਣ ਸਿੰਘ ਮੋਮ। ਆਹਦਾ ਸ਼ਾਮਪੁਰੇ ਆਇਆ ਤਾਂ ਤੈਥੋਂ ਭੇਤ ਪੁੱਛਣ ਸੀ, ਉਹ ਮੇਰੀ ਤੂੰ ਅੰਦਰਲੀ ਅੱਖ ਖੋਲਤੀ, ਮੈਨੂੰ ਘਰ ਦੇ ਮਾਫ਼, ਮੈਨੂੰ ਸੇਵਾ ਦੱਸ, ਮੈਂ ਛੱਡੀ ਨੌਕਰੀ ਨਾਕਰੀ ਇਹਨਾਂ ਦੀ। ਉਹ ਆਹਦੀ ਬਸ ਸੇਵਾ ਇਹ ਹੈ ਮੈਨੂੰ ਕਿਲੇ 'ਚੋਂ ਕੱਢ। ਹੁਣ ਕਿਲੇ 'ਚੋਂ ਪਤਾ ਨਹੀਂ ਉਹਨੇ ਰੱਸਾ ਸਿੱਟਿਆ ਜਾਂ ਕਿਵੇਂ ਕੱਢੀ ਸੱਜਣੋਂ, ਉਹਨੇ ਕਿਲੇ 'ਚੋਂ ਸ਼ਾਮੋਂ ਕੱਢ ਲਈ। ਕੱਢ ਕੇ ਕਿਲੇ 'ਚ ਉਹਨਾਂ ਨੇ ਇਤਿਹਾਸ ਦੱਸਦਾ, ਇੱਕ ਮੰਦਰ ਦੇ ਵਿੱਚ ਜਾ ਕੇ ਆਪਦੀ ਜ਼ਿੰਦਗੀ ਵੀ ਇਕੱਠੇ ਬਣਾਉਣ ਦਾ ਵਾਅਦਾ ਕਰ ਲਿਆ, ਵਿਆਹ ਕਰਾ ਲਿਆ। ਅਤੇ ਭਾਲਦੇ ਭਾਲਦੇ ਇੱਕ ਸਾਲ ਦੇ ਵਿੱਚ ਉੱਥੇ ਚਲੇ ਗਏ ਨੇਪਾਲ, ਕਾਠਮੰਡੂ ਰਾਣੀ ਦੇ ਮਹਿਲਾਂ 'ਚ ਜਿੱਥੇ ਰਾਣੀ ਜੰਗ ਬਹਾਦਰ ਕੋਲ ਰਹਿੰਦੀ ਹੈ। ਅਤੇ ਪਹਿਲਾਂ ਤਾਂ ਰਾਣੀ ਚੁੰਬੜ ਕੇ ਸ਼ਾਮੋਂ ਨੂੰ ਰੋਈ, ਸ਼ਾਮੋਂ ਤੈਨੂੰ ਬਹੁਤ ਤਕਲੀਫਾਂ ਆਈਆਂ ਹੋਣੀਆਂ। ਉਹਦੀ ਰਾਣੀ ਇੱਕ ਮੇਰੀ ਜਾਨ ਨਹੀਂ ਕੱਢੀ, ਮੈਨੂੰ ਇੰਨੇ ਤਸੀਹੇ ਦਿੱਤੇ, ਇੰਨੇ ਤਸੀਹੇ ਦਿੱਤੇ ਮੈਂ ਦੱਸ ਨਹੀਂ ਸਕਦੀ। ਅਤੇ ਆਦੀ ਮੈਂ ਤੇਰੇ ਸਾਰੇ ਤਸੀਹਾਂ ਦੀ ਕਦਰ ਕਰਦੀ ਹਾਂ, ਮੇਰਾ ਰੋਮ ਰੋਮ ਰਿਣੀ ਹੈ ਮਹਾਰਾਣੀ ਜਿੰਦਾ ਕਹਿੰਦੀ। ਅਤੇ ਅੱਛਾ ਤੂੰ ਤਾਂ ਮੇਰੀ ਬਹੁਤ ਸੇਵਾ ਕਰਦੀ ਆ, ਤੇਰੇ ਨਾਲ ਭਾਈ ਕੌਣ ਹੈ? ਫਿਰ ਉਹਨੇ ਉਹ ਗੱਲ ਦੱਸੀ ਵੀ ਹੈ ਸੱਜਣ ਸਿੰਘ, ਐਂ ਤਾਂ ਸਾਰੀ ਗੱਲ ਦੱਸੀ। ਹੁਣ ਸੱਜਣ ਨੇ ਹੱਥ ਜੋੜ ਲਿਆ, ਦਾ ਮਾਤਾ ਇਹਨੇ ਤਾਂ ਤੇਰੀ ਬਹੁਤ ਸੇਵਾ ਕਰਤੀ, ਹੁਣ ਇਸ ਬੰਦੇ ਦੇ ਕੋਈ ਹਿੱਸੇ ਦੀ ਸੇਵਾ ਹੋਵੇ ਤਾਂ ਦੱਸਿਓ। ਉਹ ਆਹਦੀ ਪੁੱਤ ਜਮਾਂ ਰੱਬ ਨੇ ਤੈਨੂੰ ਟਾਈਮ 'ਤੇ ਭੇਜਿਆ, ਤੇਰੇ ਹਿੱਸੇ ਦੀ ਸੇਵਾ, ਐਂ ਕਰ ਮੇਰਾ ਪੁੱਤ ਚਾਹ ਪਾਣੀ ਪੀ ਲਾ, ਇੱਥੋਂ ਨੇਪਾਲ ਦੇ ਵਿੱਚੋਂ ਯੂਪੀ 'ਚ ਵਗ ਜਾ, ਉੱਥੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ ਨਹੀਂ ਹੈ ਫਤਿਹਗੜ੍ਹ, ਉਹ ਫਤਿਹਗੜ੍ਹ ਦੇ ਵਿੱਚ ਜਾ ਕੇ ਉੱਥੇ ਮੇਰੇ ਦਲੀਪ ਨੂੰ ਲਈ ਫਿਰਦੇ ਨੇ ਅੰਗਰੇਜ਼। ਉਹਦੇ ਕੰਨ 'ਚ ਐਂ ਕਹਿੰਦੀ ਰਹੀ ਬਚ ਕੇ, ਕਿਤੇ ਤੂੰ ਵੀ ਨਾ ਫੜਿਆ ਜੇ ਅਤੇ ਮੇਰਾ ਵੀ ਨਾ ਪਤਾ ਲੱਗ ਜੇ, ਰਹੀ ਬਚ ਕੇ। ਪਰ ਉਹਦੇ ਕੰਨ 'ਚ ਐਂ ਕਹਿੰਦੀ, ਉਹ ਜਿਵੇਂ ਪੂਰਨ ਦੀ ਮਾਂ ਇੱਛਰਾਂ ਪੂਰਨ ਨੂੰ ਉਡੀਕਦੀ ਸੀਗੀ, ਉਵੇਂ ਤੈਨੂੰ ਬੈਠੀ ਤੇਰੀ ਮਾਂ ਉੱਥੇ ਉਡੀਕੀ ਜਾਂਦੀ ਆ ਕਾਠਮੰਡੂ 'ਚ। ਇੱਕ ਵਾਰੀ ਉਹਨੂੰ ਮਿਲਿਆ, ਉਹਦੀ ਨਿਗਾਹ ਤਾਂ ਬਹੁਤ ਘੱਟ ਗਈ, ਕਿਤੇ ਤੈਨੂੰ ਦੇਖਣ ਤੋਂ ਪਹਿਲਾਂ ਉਹ ਦੁਨੀਆਂ ਤੋਂ ਨਾ ਤੁਰ ਚੀਲਾ। ਸੁਣੋ ਪਿਆਰ ਨਾਲ, ਆਪਦੇ ਵਿਛੜੇ ਪੁੱਤ ਨੂੰ ਮਿਲਣ ਵਾਸਤੇ ਸੱਜਣ ਸਿੰਘ ਨੂੰ ਜੋ ਗੱਲਾਂ ਕਹਿ ਕੇ ਰਾਣੀ ਜਿੰਦਾ ਭੇਜ ਰਹੀ ਹੈ, ਮੇਰੇ ਦੋਨੇ ਸਾਥੀ ਜਗਸੀਰ ਸਿੰਘ ਕਰਨ ਸਾਹਿਬ ਜੀ ਨੂੰ ਸੁਣਾ ਰਹੇ ਨਾ, ਕੀ ਕਹਿ ਰਹੀ ਹੈ? ਜਾ ਮੈਂ ਸੇਤੀ ਤੁਰ ਜਾ ਸੱਜਣਾ ਮੇਰੇ ਪੁੱਤਰ ਕੋਲੇ ਜਾ, ਹੇ ਇਉਂ ਆਖ ਰਹੀ ਹੈ। ਹੋ ਜਾਵੇ ਛੇਤੀ ਤੁਰ ਜਾ ਸੱਜਣਾ ਮੇਰੇ ਪੁੱਤਰ ਕੋਲੇ ਜਾ, ਜਾ ਕੇ ਆਖੀ ਪੁੱਤ ਦਲੀਪ ਨੂੰ, ਛੱਡਿਆ ਨੀ। ਫਿਰ ਬੇਬਸ ਹੋਈ ਰਾਣੀ ਨਾ, ਜੋ ਕੁਛ ਕਹੇਗੀ
उस्ताद जमला जी ने गाया उसलोटी अक्षरां दी हालत है वो की कह रही है वे तू जरा कुठहरी पूरना मैं तैनू मिलन आई तेरी मां वे तू किता पायाई अपना बे मैं जुल्म कमायाई ना सज्जन वागया पहुंच भी गया दलीप कोले कोई गहां दलीप नाल की होई जांदा सुनियो सज्जन आया नंगिया पुछदा पछदा हुण चोर है चोर नूं मिलना है एक घर दे मूर्ती नंगिया उहनूं ऐ लग्गिया वी बाणियां दे जगराता है अंग्रेजी रिकॉर्ड चली जाण माता दियां भेटां चली जाण दस कुर्सियां ऐडियां पईआं दस ऐडियां पईआं विचाले ब्याह वाले मुंडे नूं वड्डी कुर्सी डही पई ओदे ते बह गया आके लार्ड डलहौजी दस अंग्रेज इधर बह गए दस इधर पै गए इधरों लिया दलीप नूं लिया ते उन्हें देख लिया सारे बोदियां वाले ने हो कला पग आला ते दाढ़ी आला है वो दसवें पातशाह का सिख है वह दलीप होगा जदों कोले आ गया सज्जन परे खड़ा है एक अंग्रेज ने उठ के गल करनी शुरू की ओ दलीप तेरा सिख धर्म माड़ा है चंगियां गल्लां नहीं सिखाउंदा तेरे सिख भरा माड़े न गदारियां करदे न तेरा देश माड़ा है तेरी सरकार माड़ी है तेरे प्रबंधक माड़े ते सब तो अखीरली गल कहती वह तेरी मां माड़ी है सब तो जेड़ी मां देनी नहीं बंदा दे सकदा तेरी मां माड़ी है वह तैनू नौ साल तेनू सिट के पता नहीं किधर आप तक किसी राजे के महलों च बैठी आनंद लै रही है तू आ रुलदा फिरदा है ते एदे पैर फड़ लार्ड डलहौजी दा करता नवाद कोई अंग्रेज हुकूमत बड़ी चंगी है तेरे ते तरस खा के तेनू हिक नाल लाई बैठी है लै अंग्रेज हुकूमत ने तो तेनू लाया हिक नाल ते हुण आ अंग्रेजां दा प्यो है लार्ड डलहौजी ये खुश करना है अपा साढ़े भाई परम मित्र साढ़े नेड़े ही रहिंदे ने साढ़े कोले कई बारी भाई नेम हो जांदा बहुत मन करके कह धन्नवाद ते हां कहिंदे आ है अंग्रेजां दा प्यो ते तू ऐ कर इहनूं खुश कर दे दलीप वाला जी इह किवें खुश होऊ तुसीं तां मेरे माई बाप तुसीं हो हुण उह आहदे इह ऐ खुश होऊगा आ जड़े तेरी मां ने मखनी नाल ते दुध नाल तेरे पाल पाल के सवा सवा गज दे केस करे ना इन्हां नूं आप दे हथ नाल कट के इहदे पैरां ते धर दे सज्जनों आ गल्लां होईआं साडे नाल ते उहने बीबी उह सिखे सिखाए ने पहलां तां मां दी बुक्कल च तां बाणी पढ़दा हुंदा कीर्तन सुणदा हुंदा नितनेम करदा हुंदा गुरु ग्रंथ साहिब दे दर्शन करे बिना रोटी नहीं खांदा सी महाराणा रणजीत सिंह दा परिवार ते जिद्दे उन्होंने फड़ लिया गंदियां फिल्मां दिखा दिखा माड़े बच्चों दियां माड़ियां संगतां करा करा बाणी नालों तोड़ता बाणी नालों तोड़ता अज एक चीज रह गई दलीप ने ऐ मारी चला के पग ऐ करके जूड़ा फड़ लिया ते कैंची नाल घसर घसर करके बाल फड़ते सवा सवा गज दे लम्मे केस आपदे लॉर्ड दे उहनूं लॉर्ड कहिंदे ने इह वड्डे आपदे रहनुमा नूं लार्ड लहौजी अंग्रेज दे चरणां ते रखते वो खुश हो गया कहिंदा ओए धर्म तां बथेरे लोग तब्दील करदे वेखे न सिखां दा अज पहला बंदा जिहड़ा राजे दे मुंडे ने साडा धर्म धारण कर लिया आपदा धर्म एक मिंट छड्डा आदे दो बंदे तुरे जांदे सी दोनां दे दाड़ियां रखियां सी एक तां सोडे वर्गा सी इक निकम्मा सी वो जिहड़ा सोडे वर्गा सी उहनूं आदे इक बाल दे दे वो आदा गल वड्डिया जाऊगा सिर वड्डिया जाऊ बाल नहीं दिंदा हाँ आधे करोड़ रुपया ले ली बाल दे दे आधा पांच करोड़ च भी दिंदा अस्सी करोड़ च भी नहीं दिंदा ते दूजे नूं आधे के तू बाल दे दी उहदा बाल दी की गल करदे रुपया दस हजार दे दो दाढ़ी सारी वड लो ते फिर आजूगी इह तां घर दी खेती है उह आधे तेरी सारी दी कीमत नहीं है उहदे इक बाल दी कीमत है उह तारू सिंह दा वारस है वाहिगुरु रहो विचार सुनियो की होया कट के जूड़ा उहदे चरणां ते धरता लार्ड डलहौजी खुश हो गया जदों आसा पासा होया सज्जन ने कन्न च गल पाती ओ दलीप मैं सज्जना ओए मैं तेरी मां कोलों आया
तेरी मां दी अखां दी जोत घट गई जिवें इछरा पूरन उड़ीकदी सी ओह ऐ उड़ीकदी है। उन्हें आख्या भी एक बारी कह दी मेरा पुत पैर जुत्ती नहीं पाऊगा एक बारी मिल ला आदा सजना मेरा यही मैनू छावा छे दे मैं तेनू फड़ाउंदा नहीं ते नहीं मैं हुण माड़ी जी गल कर देना ते तू सारी उम्र तेनू कीड़े खा जाणगे जेल चों निकलेगा तू हुण तू जिधरों आया उधर बग जा मेरी कोई मां नहीं कुछ लगती कोई प्यो नहीं कुछ लगता उन्हां दा पढ़िया पढ़ाया बच्चा उवें जिवें बोल रहे मेरे सिख भी माड़े मेरा धर्म भी माड़ा है देश भी माड़ा है सारा कुछ माड़ा है ऐ कह के बई वह चुप करके उत्थे आ गया सजनो ओदी बाट नहीं निबड़ रही आके महाराणी नू ना कुछ दसण नू है उहदे कोले ना राणी कोले पुछण नू है कुछ चलो ओदू बाद ना लै आ कुदरत है बस इको ही छंद लावांगे फिर होर मुंडिया ने चलो गाउणा है ते आदे ओदू बाद एक कुदरत एक चीज है ओनू दलीप नू तां लै गए उधर बलैत बलैत च लै गए अंग्रेज ते उही उन्हों शराबा पिंदे ने माड़े काम कराउंदे ने दाढ़ी दूढ़ी जमा शेप करती सिर जमा मनाता पूरा वह आपदे रंग च रंग लिया रब नालों जमा तोड़ता बाणी तो दूर बाणे तो दूर। एक दिन वह तड़के 3 बजे उठ्या उहदी अख खुली ये जिहड़ी रात नूं अख खुलदी है ना ये कुदरत दा इशारा हुंदा कोई बरीक मत वाले समझदे ने जिहड़ी 2:30 बजे जाग आउणी है 2:30 बजे जाग आउणी है तुसीं भी समझिया करो अद्धियां दी तां खुलदी है उदों भी जिहड़ा रात नूं पौणी पी के पिया है उहदी तां खुल्लू खुल्लू 2:30 बजे उहनूं बलत लगूगी उस लोट नहीं चंगा आहो मैनूं पता तुसीं हसदे हो उस लोट खुल्लण दा कोई मतलब नहीं जिहड़ी उहीं खुलदी है सोफी दी उह कोई इशारा हुंदा दलीप दी अख खुल गई अमृत वेला टिकी रात उहदा जी करिया ओए दलीप अगे तां लगदी हुंदी होर चीज़ां दी भुख अज मैनू बाणी की भुख लगी है कोई मैनू शब्द सुना दे मेरे को मोबाइल होवे मैं मोबाइल ला के शब्द सुन ला साचे नाम की लागे भूख एक ओदे ऐ जी करिया भी आ माड़िया ला छड़िया इन्होंने फोटवां मेरे कमरे च वो जे मैनू सतगुर नानक की फोटो मिल जाए मैं किन्ना चिर वो उत्तों आपका मत्था ना चक जे मैनू मेरे 10वें पातशाह की फोटो थे आ जाए वो मैं हिक नाल ला ला मैं आपका मचदा हिरदा ठार ला फिर एक विचार मन च आया ओए दलीप तेरी मां चंगी है चाहे माड़ी है ओए तेरा काल जा बंजर धरती अर्गा होया पिया जे तू एक बारी आपकी मां की हिक ना लग जाए तो आह बंजर धरती ते कणियां पै जान लै भी इधरों तां सजणों करती दलीप ने कोशिश जारी सज्जण दे रड़कण लग गए कन्नां च बोल इधरों राणा जंग बहादुर ने कोशिशां जारी करतियां मां पुत नूं मिलाउण दीआं ते सुभागा दिन आ गया जिदे अंग्रेज हुकूमत ने आग्या देती जा कलकत्ते आपदी मां नूं मिल ला कलकत्ते एक होटल है स्पेंसिस होटल उहदे च जाके राणी नूं दलीप मिलिया 22 सालां दा हो के राणी हो गई अन्नी लै सुणियो बीबीओ जदों उह अन्नी हो गई ते ऐ खड़ी है अन्नी नूं ऐ तां पता नहीं लग्या कदों जहाज च उतरिया कदों अंदर आ वड़िया पर जदों बूटां दी खड़प खड़प होई ते पता लग गया मेरा पुत आ रिहा है ओए कुछ नहीं पहलां तां देखिया दलीप आपदी मां दी हिक नाल आ गया उहने ऐ बुकल च लै लिया रोए मां पुत खासा चिर रोए फिर हौली हौली राणी ने आपदे आप नूं संभालिया बाहां ढिल्लियां करियां हिक ते हथ मारिया राजा रणजीत सिंह वर्गी बजर छाती एडी चौड़ी उदों भी चौड़ी छाती दौलिया ते हथ मारिया पत्थर वर्गे दौले थवलिया वर्गे दौले फिर राणी का हथ जो तहां नूं गया राणी जिंदा मदरी है दलीप का कद बाला दलीप पुत नीवा हो जा मैं तेरा सिर पड़ूसना है ते की देखिया राणी ने देखा ना चाहिया भी मैं आपदे पुत दे दाड़ा देखा किन्ना किन्ना क दसवें पातशाह की बख्शिश है जदों मारिया हथ सिरो त्यो दाड़ा किते ना लभ्या सफा चट क्लीन छेप उन्हें सोचा इदू बाद मैं देखा हुण मेरा पुत पग किन्नी क सोहनी बनन लग गया ते पग भी ना थियाई फिर कहिंदी जिहड़ी चिट्टी जूड़ी ते मैं रुमाल करके जूड़ी करके रुमाल बंधी हुंदी चिट्टी ਉਹ ਜੂੜਾ ਕਿੱਡਾ ਹੋ ਗਿਆ ਜਦੋਂ ਮਾਰਿਆ ਹੱਥ ਹੋਏ ਭੁੱਬਾਂ ਨਿਕਲ ਗਈਆਂ ਦੁਖੀ ਰਾਣੀ ਦੀਆਂ ਜੂੜਾ ਕਿਤੇ ਨਾ ਖਿਆਇਆ ਆਇਆ ਮਾਰਿਆ ਧੱਕਾ ਤੇ ਪੁੱਤ ਪਿੱਛੇ ਕਰਤਾ ਕੀ ਕਹਿੰਦੀ ਹੈ ਬੇਦੁੱਖ ਹੋਇਆ ਨਾ ਜਦੋਂ ਸੀ ਰਾਜ ਖੁੱਸਿਆ ਬੇਦੁੱਖ ਹੋਇਆ ਨਾ ਜਦੋਂ ਕਿਰਪਾਨ ਖੁੱਸੀ ਮੈਂ ਦੁੱਖ ਮੰਨਿਆ ਤੇਰੇ ਪਿਓ ਦਾ ਨਾ ਤੇ ਅੱਖਾਂ ਸਾਹਮਣੇ ਉਸ ਦੀ ਜਾਨ ਖੁੱਸੀ ਦੁੱਖ ਮੰਨਿਆ ਨਾ ਅੱਖਾਂ ਦੀ ਗਈ ਜੋਤੀ ਤੇ ਦੁੱਖ ਹੋਇਆ ਨਾ ਜਦੋਂ ਜ਼ੁਬਾਨ ਖੁੱਸੀ ਅੱਜ ਕੱਖ ਵੀ ਰਿਹਾ ਨਹੀਂ ਮੇਰੇ ਪੱਲੇ ਮੈਂ ਜਦੋਂ ਦੇਖੀ ਦਸਮੇਸ਼ ਦੀ ਸ਼ਾਨ ਖੁੱਸੀ ਮੈਂ ਜਦੋਂ ਦੇਖੀ ਦਸਮੇਸ਼ ਦੀ
शान खुशी दलीप तू मेरा पुत नहीं मैं तेरी मां नहीं जिधरों आया उधरे बन जा वे तेरा प्यो मर गया मैं चल लिया राज भाग अपना बर्बाद हो गया मैं चल लिया मेरिया अखा चलिया गई मैं फिर भी गिला नहीं मनिया पर आह इको एक चीज सी तू ए भी खत्म कर आए जा परे हो जा मेरिया अखा तो दूर हो जा लवे दलीप का तो है दरमुख दलीप का धक्के परे करता राणी जिंदा ने इधर मूह करके अंबरसर बनी मूह कर लिया ते की कह रही है सच्चे पातशाह बेशक सारा कुछ खो लैंदा ते पर साडे घरे तेरी आह दात रह जांदी सिखी नहीं सी खोनी सच्चे पातशाह की कह रही है महाराणी जिंदा के लगदा है खून बरसदा हंजुआं दी धार चो तू सिखी को खोली दात्या मेरे परिवार चो हे क्यों कह रही है हो सीने जग पुत्र जिंदा महाराणी ने करता न मेहरबा बेंदे नैना दे पानी ने लगदा है खून बरसदा हंजुआ दी तार तो सिखी क्यों खोली दाता साडे परिवार तो सिखी क्यों खोली दाता बाल का परे समझ तो तेरिया खला ने आउंदिया चेते गटिया शेखो पर जला ने शूद धीरा परवाना होई चनार तो सिखी क्यों खोली दाता साडे परिवार तो सिखी क्यों खोली दाता आशा तो डिगे फर्श तो सदमे सब चरलो सी पाड़ा मन कुट सबरदा पुत्रा मैं तरलो सी किरगे जो माणक मोती लाला दे हार तो सिखी क्यों खोली दाता साडे परिवार तो सिखी क्यों खोली दाता अज तक भी होने वासा डबल कंधार तो सिखी क्यों खोली दाता साडे परिवार तो सिखी क्यों खोली दाता चौदह मैं साल गुजारे तेरे लिए मर मर के जित दी रही मौत को भी पुत्रा हर हर के चंगा सही मर मुक जानी ऐसे दीदार तो इंग्लैंड ले गया अपनी मां नाल ते मां कमजोरी हुंदी गई जदों मरन लगी ये सारी 45 साल दी मर गई सी राणी जिंदा 45 साल दी मरी है रणजीत सिंह 56 साल दा मरिया इन्हां दा पुत दलीप ये एक घट 40 साल दा मरिया चलो ते ओ कहंदा जदों उत्थे लै गए ते कमजोरी हुंदी गई कहंदी पुत लै मैं एक दो दिनां च हुण फतेह बुला जूंगी मैं बड़ा चिर जाउंदी नहीं पर मेरी अंतिम इच्छा दलीप पूरी कर देंगा कहंदा दस बेबे
ਕਹਿੰਦੀ ਮੈਂ ਜਦੋਂ ਮਰ ਗਈ ਨਾ ਮੈਨੂੰ ਇੱਥੇ ਨਾ ਮੇਰੀ ਪੰਜ ਸਿਰ ਮਿੱਟੀ ਰੁਲਣ ਨਹੀਂ ਗੋਰਿਆਂ ਦੀ ਧਰਤੀ ਤੇ ਇਹ ਮਿੱਟੀ ਮੇਰੀ ਪੰਜਾਬ ਦੀ ਮਾਨਤਾ ਮੈਨੂੰ ਲਾਹੌਰ ਲੈ ਗਈ ਤੇ ਲਾਹੌਰ ਲੋਕਾਂ ਤੋਂ ਪੁੱਛ ਲਈ ਤੇਰੇ ਪਿਓ ਦਾ ਸਿਵਾ ਹੈ ਸਿਵਾ ਤੇ ਉਹਦੇ ਸਿਰ ਬੰਨੀ ਨਾ ਸ਼ਸ਼ਕਾਰੀ ਮੈਨੂੰ ਮੈਨੂੰ ਉਹਦੇ ਪੈਰਾਂ ਬੰਨੀ ਸ਼ਸ਼ਕਾਰੀ ਗੱਜ ਕੇ ਆਖੋ ਸਤਨਾਮ ਆ ਛੋਟੀਓ ਬੀਬੀਓ ਜਿੰਨੀਆਂ ਤੁਸੀਂ ਬੈਠੀਆਂ ਦੇਖੋ ਪੁਰਾਣੀਆਂ ਮਾਈਆਂ ਕਿੱਡੀ ਇੱਜ਼ਤ ਕਰਦੀਆਂ ਸੀ ਆਪਦੇ ਘਰਾਂ ਦੀ ਆਦੀ ਮਰੀ ਨੂੰ ਵੀ ਸਿਰ ਬੰਨੀ ਨਾ ਸ਼ਸ਼ਕਾਰੀ ਮੈਂ ਚਰਨਾਂ ਦੀ ਧੂੜਾਂ ਸ਼ੇਰੇ ਪੰਜਾਬ ਦੀ ਮੈਨੂੰ ਪੈਰਾਂ ਬੰਨੀ ਸ਼ਸ਼ਕਾਰੀ ਉਹਦੇ ਚਰਨਾਂ ਬੰਨੀ ਲੈ ਵੀ ਰਾਣੀ ਜਿੰਦਾ ਮਰ ਗਈ ਸੱਜਣ 1864 ਈਸਵੀ ਚ ਤੇ ਦਲੀਪ ਉਹਦੀ ਇਹ ਇੱਛਾ ਨਹੀਂ ਪੂਰੀ ਕਰ ਸਕਿਆ ਅੰਗਰੇਜ਼ਾਂ ਨੇ ਕਹਿਤਾ ਚੱਕ ਕੇ ਲੈ ਜਾ ਬੰਬਈ ਦੇ ਕੋਲੇ ਨਰਮਦਾ ਨਦੀ ਹੈ ਨਰਮਦਾ ਨਦੀ ਦੇ ਕਿਨਾਰੇ ਤੇਰਾ ਕਰਦੇ ਸ਼ਿਸ਼ਕਾਰ ਜਦੋਂ ਮੱਚਦੇ ਵਿੱਚੇ ਸਵਾਹ ਵਿੱਚੇ ਫੁੱਲ ਨਦੀ ਸਿੜਦੇ ਇੱਥੇ ਫੇਰ ਆ ਜਾ ਐਵੇਂ ਕਰਿਆ ਸਿੱਟ ਕੇ ਉੱਥੇ ਵਾਪਸ ਮੁੜ ਗਿਆ ਉਸ ਤੋਂ ਬਾਅਦ ਪੈਰਿਸ ਦੇ ਬਾਜ਼ਾਰਾਂ 'ਚ ਰੁਲਦਾ ਫਿਰਿਆ ਅਤੇ ਦਲੀਪ ਇੱਕ ਘੱਟ 40 ਸਾਲ ਦਾ ਹੋਇਆ ਦਿਮਾਗ ਹੱਲ ਗਿਆ ਦਿਮਾਗ ਜਦੋਂ ਦਿਮਾਗ ਹੱਲ ਗਿਆ ਅਤੇ ਇਹ ਕਮਲਿਆਂ ਦੀ ਨਿਸ਼ਾਨੀ ਹੁੰਦੀ ਹੈ ਮੇਰੇ ਤਲਵੰਡੀ 15-16 ਕਮਲੇ ਨੇ ਉਹ ਤਾਂ ਕਮਲ ਮਾਰਦੇ ਫਿਰਨਗੇ ਵਿਚਾਰ ਦੀ ਮਿੰਟ ਕੁ ਠੀਕ ਹੋ ਜਾਂਦੇ ਨੇ ਉਹ 2-3 ਮਿੰਟ ਜਮ੍ਹਾਂ ਵਧੀਆ ਗੱਲਾਂ ਕਰਨਗੇ ਵਧੀਆ ਮੱਥਾ ਟੇਕਣਗੇ ਉਹ ਜਦੋਂ ਠੀਕ ਹੋ ਜਾ ਕਰੇ ਤੁਹਾਡੇ ਵਰਗਾ ਪੁੱਛ ਲਿਆ ਕਰੇ ਓਏ ਓਏ ਤੂੰ ਰਾਜੇ ਰਣਜੀਤ ਦਾ ਮੁੰਡਾ ਓਏ ਤੇਰੀ ਤੁਹਾਡੀ ਆ ਦੁਰਦਿਸ਼ਾ ਕਿਉਂ ਹੋ ਗਈ ਫਿਰ ਉਹ ਕਿਹਾ ਕਰੇ ਉਹਨਾਂ ਦੀ ਕਹੀ ਤਪੋ ਰਾਜ ਤੇ ਰਾਜੋ ਨਰਕ ਲੈ ਵੀ ਸਟੋਰੀ ਮੁੱਕ ਗਈ ਤੁਹਾਡਾ ਸਾਰਿਆਂ ਦਾ ਧੰਨਵਾਦ ਮੇਰੇ ਫੁੱਫੜ ਵਰਗਾ ਨਵਾਂ ਨਵਾਂ ਵਿਆਹ ਹੈ ਉਹਨੂੰ ਗੱਲ ਨਾ ਕਰਨੀ ਆਵੇ ਨਾਲ ਸਾਡੇ ਵਰਗੇ ਮਰਾਸੀ ਨੂੰ ਲੈ ਗਿਆ ਇੱਕ ਨੂੰ ਠੀਕ ਹੈ ਹੁਣ ਉਹ ਲੈ ਗਿਆ ਉਹਦਾ ਪੁੱਤ ਤੈਨੂੰ ਗੱਲਾਂ ਬਾਲੀਆਂ ਆਉਂਦੀਆਂ ਤੂੰ ਨਾਲ ਗੱਲਾਂ ਕਰਨੀ ਕੁੜੀਆਂ ਕੜੀਆਂ ਮੈਨੂੰ ਝੇਡਾਂ ਕਰਨਗੀਆਂ ਉਹ ਸਾਡੇ ਵਰਗਾ ਜਿਹੜਾ ਵਰਾਸੀਆਂ ਦਾ ਮੁੰਡਾ ਸੀ ਉਹ ਪਾ ਕੇ ਪਾ ਗਿਆ ਸੋਹਣਾ ਕੋਟ ਤੇ ਮੇਰੇ ਫੁੱਫੜਾਂ ਕਹਿੰਦਾ ਕਿ ਮੇਰੀ ਤਾਂ ਟੌਰ ਘਟੂ ਮੈਨੂੰ ਕੋਟ ਦੇ ਉਹਦੇ ਰਾਹ ਦਾ ਮਰਾਸੀਆ ਕੋਟ ਤੇ ਕੋਟ ਉਹਨੇ ਵਗੜ ਲਿਆ ਹੁਣ ਬਗਾਨਾ ਗਹਿਣਾ ਪਾਇਆ ਤੇ ਅੱਧਾ ਰੂਪ ਗਵਾਇਆ ਇਹ ਬੀਬੀਆਂ ਨੂੰ ਜ਼ਿਆਦਾ ਪਤਾ ਬਗਾਨੇ ਕਾਂਟੇ ਪਾ ਲਓ ਸੋਹਣੇ ਨਹੀਂ ਲੱਗਣੇ ਆਪਦੇ ਭੁਮਾ ਜਮਾਨ ਕੰਮੇ ਜੇ ਪਾ ਲਓ 800 ਦੇ ਆਰਟੀਫਿਸ਼ੀਅਲ ਉਹ ਵੀ ਕੰਮ ਕਰਨਗੇ ਉਹ ਹੁਣ ਅੱਧਾ ਤਾਂ ਹੀ ਰਹਿ ਗਿਆ ਫੁੱਫੜਾ ਵਰਗਾ ਵੀ ਕੋਟ ਇਹਦਾ ਮੰਗ ਮੈਂ ਮੇਰੀ ਤੇ ਕੁਛ ਮਰਾਸੀ ਨਾਲ ਖੜਾ ਸੀ ਜਦੋਂ ਸਹੁਰਿਆਂ ਦੇ ਜਾ ਵੜੇ ਬੁੜੀਆਂ ਨੂੰ ਸਿਆਣ ਨਾ ਆਈਏ ਕਿ ਕੁੜੇ ਪ੍ਰਾਹੁਣਾ ਕਿਹੜਾ ਪ੍ਰਾਹੁਣਾ ਕਿਹੜਾ ਮਰਾਸੀਆਂ ਦਾ ਭਾਈ ਪ੍ਰਾਹੁਣਾ ਤਾਂ ਇਹ ਆ ਕੋਟ ਮੇਰਾ ਹੈ ਉਹ ਆਹਦਾ ਚੁੱਪ ਕਰਦਾ ਮੈਂ ਮਰੂੰ ਦੋ ਬਥਾੜ ਤਿਲ ਠੀਕ ਹੈ ਨਾ ਤੂੰ ਚੁੱਪ ਕਰ ਜਾ ਆਹ ਗੱਲ ਨਹੀਂ ਦੱਸਣੀ ਆਪਣੀ ਕਰਤੂਤ ਨਹੀਂ ਨੰਗੀ ਕਰਨੀ ਮੈਂ ਪ੍ਰਾਹੁਣਾ ਮੇਰਾ ਹੀ ਕੋਟ ਹੈ ਜਦੋਂ ਗਾਹਾਂ ਗਏ ਫੇਰ ਕੁੜੀਆਂ ਫੁੜੀਆਂ ਆ ਕੇ ਕੁੜੇ ਪ੍ਰਾਹੁਣਾ ਕਿਹੜਾ ਫਲਾਨੇ ਦਾ ਜਮਾਈ ਮਰਾਸੀਆਂ ਦਾ ਭਾਈ ਇਹੀ ਪ੍ਰਾਹੁਣਾ ਇਸੇ ਦਾ ਹੀ ਕੋਟ ਹੈ ਉਹ ਆਹਦਾ